ਤੇ ਅੱਜ ਤਰੀਕ ਹੋ ਗਈ ਆ 18 ਮਈ, ਤੇ 6 ਵੱਜ ਚੁੱਕੇ ਨੇ, ਤੇ ਤੁਹਾਡਾ ਸਵਾਗਤ ਹੈ ਜੀ ਲੀਗਲ ਟਾਈਮ ਵਿਦ ਜ਼ੁਬੇਰ ਰਾਸ਼ੀ ਦੇ ਸ਼ੋਅ ਵਿੱਚ। ਸੋ ਇਸ ਸ਼ੋਅ ਦੇ ਵਿੱਚ ਬੇਸਿਕਲੀ ਅਸੀਂ ਜਿੰਨੇ ਵੀ ਮਤਲਬ ਯੂਕੇ ਵਿੱਚ ਕੋਈ ਕੇਸ ਹੋਵੇ ਜਾਂ ਕੋਈ ਕ੍ਰਾਈਮ ਜਾਂ ਹੋਵੇ ਜਾਂ ਕਿਸੇ ਵੀ ਤਰ੍ਹਾਂ ਸਾਡਾ ਸਵਾਲ ਹੋਵੇ ਹੋਮ ਆਫਿਸ ਨੂੰ ਲੈ ਕੇ ਹੋਵੇ, ਉਹਦੇ ਨਾਲ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ। ਤੇ ਜੇ ਤੁਹਾਡੀ ਕੋਈ ਸਵਾਲ ਹੈ ਤਾਂ ਤੁਸੀਂ ਵੀ ਕਾਲ ਕਰਨੀ ਹੈ 01212690064 ਦੇ ਉੱਤੇ, ਤੇ ਹੋਵੇ ਅਸੀਂ ਤੁਹਾਡੇ ਹਰੇਕ ਸਵਾਲ ਦਾ ਜਵਾਬ ਜਿਹੜਾ ਉਹ ਦੇ ਸਕਾਂਗੇ। ਤੇ ਪਰ ਸਵਾਲ ਦਾ ਜਵਾਬ ਮੈਂ ਤਾਂ ਨਹੀਂ ਦੇਵਾਂਗੇ, ਸਾਡੇ ਗੈਸਟ ਦੇਣਗੇ। ਤਾਂ ਫਿਰ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਾਡੇ ਨਾਲ ਨੇ ਆਪਣੇ ਸੋਲਿਸਟਰ ਜ਼ੁਬੇਰ ਰਸ਼ਦੀ ਭਾਈ। ਅਸਲਾਮ ਵਾਲੇਕੁਮ। ਸਲਾਮ, ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਵੈਰੀ ਮੱਚ ਭਾਜੀ। ਹਾਂਜੀ, ਥੈਂਕ ਯੂ ਸ਼ੋਰਟ ਨੋਟਿਸ 'ਤੇ ਅੱਜ ਪ੍ਰੋਗਰਾਮ ਹੋਸਟ ਕਰਨੇ ਦਾ। ਹਾਂਜੀ ਹਾਂਜੀ, ਨਾਲ ਲੋਕਾਂ ਨੂੰ ਦੱਸੀਏ ਪ੍ਰੋਗਰਾਮ ਦਾ ਟਾਈਮ ਅਜੇ 1 ਘੰਟਾ ਪਹਿਲੇ ਕਰਨਾ ਪਿਆ। ਹਾਂਜੀ, ਕੁਝ ਪਰਸਨਲ ਕਮਿਟਮੈਂਟ ਦੀ ਵਜ੍ਹਾ ਤੋਂ ਜੀ, ਤੇ ਜਿਹੜੇ ਲੋਕ ਅਗਰ ਮਿਸ ਕਰਦੇ ਹਨ ਤਾਂ ਉਹਨਾਂ ਨੂੰ ਮਾਫੀ ਚਾਹੁੰਦੇ ਹਾਂ, ਹਾਂਜੀ ਉਹ ਰਿਪੀਟ ਟੈਲੀਕਾਸਟ 'ਤੇ ਸ਼ੋਅ ਤੱਕ ਸਕਦੇ ਹਨ। ਹਾਂਜੀ, ਰਿਪੀਟ ਵਾਲੀ ਕਾਸਟ ਆਪਾਂ ਕੱਲ੍ਹ ਜੀ 12 ਵਜੇ ਆਪਾਂ ਲਗਾ ਦੇਣਾ ਹੈ। ਇਹ ਵੀ ਦੱਸ ਦਿਓ ਹਾਂਜੀ ਜੀ, ਲੋਕਾਂ ਨੂੰ ਕੱਲ੍ਹ ਨੂੰ 12 ਵਜੇ ਜੀ ਰਿਪੀਟ ਵਾਲੀ ਕਾਸਟ ਹੋਊਗਾ, ਅਤੇ ਅਸੀਂ ਬਕਾਇਦਾ ਪੋਸਟਰ ਵੀ ਮਤਲਬ ਬਣਾ ਕੇ ਵੈਸੇ ਪਾ ਦੇਵਾਂਗੇ ਜੀ ਕੱਲ੍ਹ ਨੂੰ ਵੀ 12 ਵਜੇ ਰਿਪੀਟ ਵਾਲੀ ਕਾਸਟ ਆ। ਸੋ ਹਾਂਜੀ, ਆਪਾਂ ਹੁਣ ਸਵਾਲ ਮੈਂ ਅੱਜ ਕਾਫੀ ਲਿਖ ਕੇ ਲੈ ਕੇ ਆਇਆ। ਬਿਲਕੁਲ ਭਾਜੀ, ਤੁਸੀਂ ਲੱਗਦਾ ਭਰਪੂਰ ਤਿਆਰੀ ਨਾਲ ਆਇਓ। ਨਹੀਂ, ਭਰਪੂਰ ਤਿਆਰੀ, ਮੈਨੂੰ ਵੀ 2 ਘੰਟੇ ਲੋਕਾਂ ਦੇ ਨਾਲ ਸਵਾਲ ਤੁਹਾਨੂੰ ਜ਼ਿਆਦਾ ਆ ਗਏ। ਹਾਂਜੀ ਹਾਂਜੀ, ਮੈਨੂੰ ਵੀ 2 ਘੰਟੇ ਪਹਿਲਾਂ ਪਤਾ ਲੱਗਾ ਵੀ ਅੱਜ ਫੇਰ ਮੈਂ ਹੀ ਦੁਬਾਰਾ ਸ਼ੋਅ ਤੁਹਾਡੇ ਨਾਲ ਹੋਸਟ ਕਰਨਾ ਹੈ। ਸੋ ਮੇਰਾ ਪਹਿਲਾ ਮਤਲਬ ਇਹ ਸਵਾਲ ਇਹ ਆ, ਬਿਲਕੁਲ ਨੋਰਮਲ ਕੁਐਸਚਨ ਹੈ, ਹੈ ਨਾ। ਇਹ ਮੰਨ ਲਓ ਆਪਾਂ ਕੋਈ ਬੰਦਾ ਕਹਿ ਦਈਏ ਜਾਂ ਯੂਕੇ ਵਿੱਚ ਉਹ ਇਲੀਗਲ ਰਹਿ ਰਿਹਾ ਹੋਵੇ ਜਾਂ ਆਪਾਂ ਕਹਿ ਦਈਏ ਜਾਂ ਉਸਦਾ ਵੀਜ਼ਾ ਐਕਸਪਾਇਰ ਹੋਵੇ। ਅੱਜ ਕੱਲ੍ਹ ਬਹੁਤ ਚੀਜ਼ ਆ ਰਹੀ ਹੈ ਵੀ ਬੈਂਕ ਦੇ ਖਾਤੇ ਬੰਦ ਹੋ ਰਹੇ ਨੇ, ਹੈ ਨਾ, ਬੈਂਕ ਅਕਾਊਂਟਸ ਬੰਦ ਹੋ ਰਹੇ ਨੇ, ਇਹ ਇੱਦਾਂ ਕਿਉਂ ਹੋ ਰਹੇ ਨੇ ਦੱਸੋਗੇ? ਅਤੇ ਕੀ ਇਹ ਸੱਚੀ ਗੱਲ ਹੈ ਵੀ ਬੈਂਕ ਅਕਾਊਂਟ ਵੀ ਬੰਦ ਹੋ ਰਹੇ ਨੇ? ਜੀ ਭਾਜੀ, ਥੈਂਕ ਯੂ ਵੈਰੀ ਮੱਚ ਸਾਰਿਆਂ ਨੂੰ ਦੇਖਣੇ ਸੁਣਨੇ ਵਾਲਿਆਂ ਨੂੰ, ਠੀਕ ਹੈ ਜੀ। ਜੀ, ਸਭ ਤੋਂ ਪਹਿਲੇ ਤਾਂ ਲੋਕਾਂ ਨੂੰ ਇਹ ਦੱਸਦੇ ਜਾਈਏ, ਜਿਹੜੇ ਇਸ ਮਹੀਨੇ ਸੋ ਫਾਰ ਅਪਡੇਟਸ ਆਈਆਂ, ਪਹਿਲੇ ਥੋੜ੍ਹਾ ਜਿਹਾ ਉਸ 'ਤੇ ਵਿਚਾਰ ਦਿੰਦੇ ਹਾਂ, ਫਿਰ ਅੱਗੇ ਤੁਹਾਡੇ ਸਵਾਲ ਬੜਾ ਇੰਟਰਸਟਿੰਗ ਸਵਾਲ ਹੈ, ਉਸ 'ਤੇ ਵੀ ਚੱਕਦੇ ਹਾਂ। ਪਹਿਲੀ ਗੱਲ ਆ ਕਿ ਜਿਹੜੇ ਸਟੂਡੈਂਟ ਸਾਰੇ ਦੇਖ ਰਹੇ, ਉਹਨਾਂ ਦਾ ਜਿਹੜਾ ਚੰਗੀ ਖਬਰ ਆ ਕਿ ਜਿਹੜੇ ਪੋਸਟ ਸਟੱਡੀ ਵਰਕ ਵੀਜ਼ਾ ਉਹ ਬੰਦ ਨਹੀਂ ਹੋ ਰਿਹਾ, ਕਿਉਂਕਿ ਮਾਈਗ੍ਰੇਸ਼ਨ ਸਾਨੂੰ ਡਰ ਸੀ ਕਿ ਜਿੱਥੇ ਇਮੀਗ੍ਰੇਸ਼ਨ ਇਤਨੀ ਸਖਤਾਈਆਂ ਕੀਤੀਆਂ, ਜਿਹੜਾ ਪੋਸਟ ਸਟੱਡੀ ਵਰਕ ਵੀਜ਼ਾ ਜਿਹੜੇ ਯੂਕੇ ਡਿਗਰੀ ਲੈਣ ਤੋਂ ਬਾਅਦ ਮਿਲਦਾ ਉਹ ਬੰਦ ਨਾ ਹੋ ਜਾਵੇ। ਲੇਕਿਨ 3-4 ਦਿਨ ਪਹਿਲੇ ਨਿਊਜ਼ ਆਈ ਆ, ਮਾਈਗ੍ਰੇਸ਼ਨ ਐਡਵਾਈਜ਼ਰੀ ਕਮੇਟੀ ਨੇ ਕਿਹਾ ਕਿ ਪੋਸਟ ਸਟੱਡੀ ਵਰਕ ਵੀਜ਼ਾ ਜਾਂ ਗ੍ਰੈਜੂਏਟ ਰੂਟ ਬੰਦ ਨਹੀਂ ਹੋਊਗਾ। ਸਭ ਤੋਂ ਪਹਿਲਾਂ ਤਾਂ ਇਹ ਚੰਗੀ ਖਬਰ ਆ। ਦੂਜੀ ਅੱਛੀ ਖਬਰ ਆਪਾਂ ਕਹਿ ਸਕਦੇ ਹਾਂ, ਇਨ ਅ ਸੈਂਸ ਕਿ ਜਿਹੜਾ ਰਵਾਂਡਾ ਦਾ ਜਿਹੜਾ ਸੇਫਟੀ ਐਕਟ ਆ, ਜਿਸ ਵਿੱਚ ਅੱਜ ਕੱਲ੍ਹ ਜਨਤਾ ਬਹੁਤ ਡਰੀ ਪਈ ਆ ਕਿ ਲੋਕਾਂ ਨੂੰ ਚੱਕ ਚੱਕ ਕੇ ਰਵਾਂਡਾ ਸੱਟਣਾ, ਉਸ ਵਿੱਚ ਨਾਰਦਰਨ ਆਇਰਲੈਂਡ ਦੀ ਹਾਈ ਕੋਰਟ ਦੇ ਇੱਕ ਜੱਜ ਨੇ ਆਖਿਆ ਕਿ ਰਵਾਂਡਾ ਦਾ ਜਿਹੜਾ ਭੇਜਣਾ ਹੋਏ ਉਹ ਮੇਰੇ ਅਨੁਸਾਰ ਠੀਕ ਨਹੀਂ ਹੈਗਾ। ਹਾਂਜੀ, ਅਤੇ ਹਕੂਮਤ ਦਾ ਜਿਹੜਾ ਇਹ ਰਵਾਂਡਾ ਭੇਜਣ ਦਾ ਪਲਾਨ ਹੈਗਾ, ਉਸ ਵਿੱਚ ਉਸ ਜੱਜ ਨੇ ਇੱਕ ਡੈਂਡ ਪਾ ਦਿੱਤਾ, ਅਤੇ ਹੁਣ ਹਕੂਮਤ ਦੇ ਜਿਹੜੇ ਵਕੀਲ ਹਨ ਉਹ ਉਹਨੂੰ ਚੈਲੰਜ ਕਰ ਰਹੇ। ਅਤੇ ਕਹਿਣ ਦਾ ਮਤਲਬ ਜਿਹੜੇ ਲੋਕ ਨਾਰਦਰਨ ਆਇਰਲੈਂਡ 'ਚ ਹਨ, ਫਾਰਮ ਸੀਕਰ ਹਨ, ਉਹਨਾਂ ਨੂੰ ਰਵਾਂਡਾ ਨਹੀਂ ਭੇਜਿਆ ਜਾ ਸਕਦਾ ਜਦੋਂ ਤੱਕ ਹਕੂਮਤ ਨਾਰਦਰਨ ਆਇਰਲੈਂਡ ਦੇ ਉਸ ਜਜਮੈਂਟ ਨੂੰ ਟੈਕਲ ਨਹੀਂ ਕਰਦੀ। ਅਤੇ ਇਹ ਕਿਸੇ ਹੱਦ ਤੱਕ ਚੰਗੀ ਗੱਲ ਵੀ ਕਹਿ ਸਕਦੇ ਹਾਂ, ਠੀਕ ਹੈ। ਹਾਊ ਐਵਰ, ਇਟ ਇਜ਼ ਅ ਡਿਵੈਲਪਿੰਗ ਸਿਚੁਏਸ਼ਨ, ਆਪਾਂ ਹਤਮੀ ਗੱਲ ਨਹੀਂ ਕਹਿ ਸਕਦੇ, ਕਿਉਂਕਿ ਇਹ ਹਾਲੀ ਪਿਛਲੇ 4 ਦਿਨ ਪਹਿਲੇ ਇਹ ਚੀਜ਼ ਸ਼ੁਰੂ ਹੋਈ ਹੈ, ਸਾਰੇ ਵੱਡੇ ਵੱਡੇ ਨਿਊਜ਼ ਚੈਨਲਾਂ 'ਤੇ ਔਰ ਨਿਊਜ਼ ਪੇਪਰਾਂ ਵਿੱਚ ਆਇਆ, ਔਰ ਹਕੂਮਤ ਦਾ ਮਜ਼ਾਕ ਵੀ ਉਡਾਇਆ ਜਾ ਰਿਹਾ ਕਿ ਜਿਹੜਾ ਬਿੱਲ ਸਾਨੂੰ ਸ਼ੁਭਾ ਸੀ, ਵੀ ਆਰ ਆਫ ਦਾ ਬਿਲੀਫ ਕਿ ਇਸ ਬਿੱਲ ਵਿੱਚ ਬਹੁਤ ਸਾਰੀਆਂ ਕਮੀਆਂ ਰਹਿ ਗਈਆਂ, ਉਹਨਾਂ ਕਮੀਆਂ ਨੂੰ ਵਕੀਲਾਂ ਨੇ ਜਾਂ ਜਿਹੜੇ ਸੈਂਸੇਬਲ ਜੱਜਿਸ ਹਨ ਉਹ ਜ਼ਰੂਰ ਚੱਕਣਗੇ। ਔਰ ਅਗੇਨ ਉਹੀ ਗੱਲ ਹੋਈ ਆ, ਹਾਲੀ ਬਿੱਲ ਨੂੰ, ਹਾਲੀ ਜਿਹੜਾ ਐਕਟ ਆਇਆ ਉਸਦੀ ਸਿਆਹੀ ਖੁਸ਼ਕ ਨਹੀਂ ਹੋਈ, ਹਕੂਮਤ ਦੇ ਚੈਲੇਂਜ ਪਹਿਲੇ ਪੈ ਗਏ ਕਿ ਜਾ ਰਵਾਂਡਾ ਨਹੀਂ ਜਾ ਸਕਦਾ। ਹਕੂਮਤ ਤਾਂ ਪੂਰੀ ਤਿਆਰੀ ਕਰਕੇ ਬੈਠੀ ਆ
ਕਿ ਜੂਨ ਜੁਲਾਈ ਵਿੱਚ ਜਹਾਜ਼ ਦਾ ਰਵਾਂਡਾ ਦੀ ਤਿਆਰੀ ਕਰਕੇ ਭੇਜਣਾ ਹੈ, ਲੇਕਿਨ ਇਹ ਪਹਿਲਾ ਚੈਲੇਂਜ ਸਾਹਮਣੇ ਆ ਗਿਆ ਅਤੇ ਹਕੂਮਤ 'ਤੇ ਕਾਫੀ ਤਨਕੀਦ ਵੀ ਹੋ ਰਹੀ ਆ। ਇਹ ਦੂਜੀ ਖਬਰ ਆ। ਤੀਜੀ ਖਬਰ ਇਹ ਆ ਕਿ ਜਿਹੜੇ ਸੀਜ਼ਨਲ ਵਰਕਰ ਵੀਜ਼ਨ ਜਿਹੜੇ ਨੋਰਮਲੀ 6 ਮਹੀਨੇ ਦੇ ਹੁੰਦੇ ਸਨ ਔਰ ਉਸ ਤੋਂ ਬਾਅਦ ਉਹ ਐਕਸਟੈਂਡ ਨਹੀਂ ਹੁੰਦੇ ਸਨ, ਇਹ ਵੀ ਦੇਖਣੇ 'ਚ ਆਇਆ ਕਿ ਹਕੂਮਤ ਨੇ ਇਹ ਆਖਿਆ ਕਿ ਉਹਨਾਂ ਨੂੰ ਐਕਸਟੈਂਡ ਕੀਤਾ ਜਾਵੇ। ਇਸੇ ਵਾਸਤੇ ਸ਼ਾਇਦ ਅੱਗੇ ਕ੍ਰਿਸਮਿਸ ਵੀ ਆ ਰਹੀ ਆ, ਜਿਹੜੇ ਛੋਟੀਆਂ ਜਾਬਾਂ ਹੈਗੀਆਂ ਖੇਤ ਐਗਰੀਕਲਚਰ ਦੀਆਂ, ਖੇਤੀਬਾੜੀ ਖੇਤੀਬਾੜੀ ਹੋ ਗਈ, ਅਤੇ ਉਸ ਵਿੱਚ ਹਕੂਮਤ ਆਪਣਾ ਜਿਹੜਾ ਫਲੈਕਸੀਬਿਲਿਟੀ ਜਾਂ ਨਰਮੀ ਸ਼ੋਅ ਕਰ ਰਹੀ ਆ। ਅਤੇ ਇਹ ਦੱਸਣਾ ਚਾਹੁੰਦੇ ਹੋ ਆਪਣੇ ਸੁਣਨੇ ਦੇਖਣੇ ਵਾਲਿਆਂ ਨੂੰ, ਸਟੂਡੈਂਟ ਤੋਂ ਲੈ ਕੇ ਜਾਂ ਜਿਹੜੇ ਵੀ ਇਮੀਗ੍ਰੈਂਟਸ ਕਮਿਊਨਿਟੀ ਦੇ ਬੰਦੇ ਅੱਗੇ, ਉਹਨਾਂ ਵਾਸਤੇ ਇਹ ਇੰਪੋਰਟੈਂਟ 3-4 ਖਬਰਾਂ ਹੈਗੀਆਂ। ਹਾਂਜੀ, ਹੁਣ ਸਰ ਆਉਂਦੇ ਆ ਤੁਹਾਡੇ ਸਵਾਲ ਦੀ ਤਰਫ ਜੀ, ਕਿ ਸਵਾਲ ਇਹ ਸੀ ਕਿਸ ਦਾ, ਕਿਆ ਇਲੀਗਲ ਬੰਦਾ, ਇੱਕ ਤਾਂ ਇਹ ਸੀ ਕਿ ਬੈਂਕਾਂ ਨੇ ਸਖਤਾਈ ਕੀਤੀ ਹੈ, ਬਿਲਕੁਲ ਕੀਤੀ ਹੈ। ਜਿਹੜਾ ਇਲੀਗਲ ਮਾਈਗ੍ਰੇਸ਼ਨ ਐਕਟ ਆਇਆ ਉਸ ਵਿੱਚ ਉਹਨਾਂ ਨੇ ਇਹੀ ਆਖਿਆ ਕਿ ਅਸੀਂ ਇਲੀਗਲ ਬੰਦਿਆਂ ਦੇ ਜਿਹੜੇ ਖਿਲਾਫ਼ ਘੇਰਾ ਤੰਗ ਕਰਾਂਗੇ, ਭਲੇ ਉਹ ਉਹਨਾਂ ਦੇ ਬੈਂਕਾਂ 'ਚ ਪੈਸੇ ਹੋਵਣ, ਭਲੇ ਉਹ ਜਿਸ ਲੈਂਡ ਲਾਰਡ ਕੋਲ ਰਹਿ ਰਹੇ ਨੇ ਉਹਨਾਂ ਦੇ ਜ਼ਿਆਦਾ ਹੈਵੀ ਫਾਈਨ ਪਾਉਣੇ ਹੋਵਣ, ਭਲੇ ਜਿਸ ਇੰਪਲੋਇਰ ਕੋਲ ਕੰਮ ਕਰਦੇ ਹੋਵਣ ਉਹਨਾਂ ਨੂੰ ਵੀ ਦੇਖ ਲਿਆ ਕਿ ਜਿਹੜਾ 20,000 ਤੋਂ 60,000 ਤੱਕ ਫਾਈਨ ਕਰਨਾ, ਭਲੇ ਉਹ NHSA ਜਿਹੜਾ ਫੋਲੋ ਅਪ ਟ੍ਰੀਟਮੈਂਟ ਕਰਨਾ ਉਹ ਵੀ ਪ੍ਰੋਪਰ ਅਸੀਂ ਪੈਸੇ ਲਵਾਂਗੇ, ਭਲੇ ਉਹ ਬੈਂਕਾਂ 'ਚ ਪੈਸੇ ਹੋਣ ਔਰ ਉਹ ਵੀ ਕਰਾਂਗੇ। ਔਰ ਮਲਿਕ ਬਾਈ ਨੇ ਬੜਾ ਅੱਛਾ ਜਵਾਬ ਦਿੱਤਾ। ਤੇ ਤੁਹਾਡਾ ਵੈਸੇ ਇਸ ਬਾਰੇ ਕੀ ਖਿਆਲ ਹੈ, ਜਿਹੜਾ ਮੈਂ ਇਹਨਾਂ ਤੋਂ ਕੁਐਸਚਨ ਪੁੱਛਿਆ, ਸੇਮ ਕੁਐਸਚਨ ਬੈਂਕ ਅਕਾਊਂਟ ਦੇ ਬਾਰੇ ਜਿਹੜਾ ਸਰਕਾਰ ਕਰ ਰਹੀ ਹੈ? ਦੇਖੋ ਭਾਜੀ, ਇਹ ਜੇ ਇਦਾਰੇ ਕੋ ਇੰਸਟੀਟਿਊਸ਼ਨ ਨੇ ਉਹ ਹੀ ਫੋਲੋ ਕਰ ਜੋ ਹਕੂਮਤ ਨੇ ਡਾਇਰੈਕਸ਼ਨ ਦੇ ਗਈ। ਦੇਖੋ ਇੱਕ ਬੰਦਾ ਅਗਰ ਇਲੀਗਲ ਹੋ ਗਿਆ ਤੇ ਆਈ ਥਿੰਕ ਸੋ ਹੀ ਹੈਜ਼ ਨੋ ਰਾਈਟ ਜੀ, ਇਸ ਨੂੰ ਥਿੰਕ ਸੋ ਹੀ ਹੈਜ਼ ਨੋ ਰਾਈਟ ਟੂ ਬੀ ਇਨ ਦ UK। ਹਾਊਐਵਰ ਧੱਕੇ ਨਾਲ ਲੋਕ ਰਹਿ ਰਹੇ, ਹਕੂਮਤ ਨੇ ਜ਼ਾਹਰੀ ਗੱਲ ਆ, ਹਕੂਮਤ ਦਾ ਇਤਨਾ ਮਜ਼ਬੂਤ ਮੈਕੇਨਿਜ਼ਮ ਨਹੀਂ ਹੈਗਾ ਜੀ। UK ਬਾਰਡਰ ਏਜੰਸੀ ਅਤੇ ਕਾਫੀ ਆਪਣੀ ਇਨਐਫੀਸ਼ੀਐਂਟ ਪੋਲਿਸੀ ਦੀ ਵਜ੍ਹਾ ਤੋਂ ਕਾਫੀ ਹਮੇਸ਼ਾ ਇਹਨਾਂ ਨੂੰ ਕ੍ਰਿਟੀਸਿਜ਼ਮ ਦਾ ਸਾਹਮਣਾ ਵੀ ਰਹਿੰਦਾ। ਹਾਂਜੀ, ਅਤੇ ਹੁਣ ਇਸ ਹਕੂਮਤ ਨੇ ਜਾਣੇ ਜਾਣੇ ਇਨ ਡੈਸਪਰੇਟ ਅਟੈਂਪਟ, ਠੀਕ ਹੈ, ਹੁਣ ਜਿਹੜੀ ਸਿਆਸਤ ਖੇਡ ਰਹੇ ਨੇ ਇਮੀਗ੍ਰੇਸ਼ਨ ਦੇ ਸਰ 'ਤੇ ਖੇਡ ਰਹੇ ਨੇ ਜੀ, ਕਿ ਕਿਸੇ ਤਰੀਕੇ ਨਾਲ ਸ਼ਿਕੰਜਾ ਕਸੀਏ ਔਰ ਆਪਣਾ ਜਿਹੜੀ ਵੋਟ ਬੈਂਕ ਆ ਉਹਨੂੰ ਮਜ਼ਬੂਤ ਕੀਤਾ ਜਾਵੇ ਜੀ ਇਮੀਗ੍ਰੇਸ਼ਨ ਦੇ ਸਰ 'ਤੇ। ਬਿਲਕੁਲ, ਜਿਸ ਵਿੱਚ ਬੈਂਕਾਂ ਦਾ ਬੰਦ ਹੋਣਾ ਇਲੀਗਲ ਬੰਦਿਆਂ ਵਾਸਤੇ ਜੀ ਉਹ ਇਸ ਕੋਸ਼ਿਸ਼ ਦਾ ਜਾਂ ਉਸ ਸ਼ਿਕੰਜੇ ਦਾ ਕਿੱਸਾ ਹੈ ਜੀ, ਅਤੇ ਦੈਟਸ ਵਾਟ ਇਟ ਇਜ਼। ਹਾਂਜੀ ਜੀ, ਹਾਂਜੀ ਬਿਲਕੁਲ, ਤੁਸੀਂ ਬਹੁਤ ਵਧੀਆ ਜਵਾਬ ਦਿੱਤਾ ਅਤੇ ਮੇਰੇ ਹਿਸਾਬ ਨਾਲ ਲੋਕਾਂ ਨੂੰ ਵੀ ਪਤਾ ਲੱਗ ਗਿਆ ਹੋਗਾ ਨਾ ਵੀ ਜਿਨ੍ਹਾਂ ਦੇ ਕੁਸ਼ਚਨ ਸੀਗਾ, ਕੋਈ ਇੱਕ ਦੋ ਨਹੀਂ ਬਹੁਤ ਬੰਦਿਆਂ ਦੇ ਕੁਸ਼ਚਨ ਸੀ, ਕਿਉਂਕਿ ਤੁਸੀਂ ਸ਼ੋਅ ਕਰਕੇ ਚਲ ਜਾਂਦੇ ਬਾਅਦ ਸਾਨੂੰ ਕਾਲਾਂ ਜਿਹੜੀਆਂ ਇੱਥੇ ਆਉਂਦੀਆਂ ਚੈਲ ਵੀ ਕਰਿਆ, ਇਹੀ ਨੰਬਰ ਹੈ, ਕਹਿੰਦੇ ਜ਼ਵੈਰਾ ਜੀ ਦਾ ਵੀ ਅਸੀਂ ਉਹਨਾਂ ਨਾਲ ਗੱਲ ਕਰਨੀ ਹੈ, ਫਿਰ ਮੈਂ ਉਹਨਾਂ ਨੂੰ ਦੱਸਿਆ ਫਿਰ ਸਾਡਾ ਵੈਬਸਾਈਟ ਵੀ ਦੇਈ ਦੀ ਉਹਨਾਂ ਨੂੰ, ਤੁਹਾਡਾ ਨੰਬਰ ਵੀ ਦੇਈਦਾ, ਐਡਰੈਸ ਵੀ ਦੇਈਦਾ ਹੈ ਨਾ ਉਹਨਾਂ ਨੂੰ। ਸੋ ਹਾਂਜੀ, ਇਹਦੇ ਨਾਲ ਹੀ ਆਪਾਂ ਚੱਲਦੇ ਹਾਂ ਅਗਲੇ ਕੁਸ਼ਚਨ ਦੇ ਉੱਤੇ। ਮੇਰਾ ਅਗਲਾ ਕੁਸ਼ਚਨ ਇਹ ਆ ਵੀ ਕਈ ਥਾਂ 'ਤੇ ਮੈਂ ਤੁਹਾਨੂੰ ਦੇਖਿਆ ਨਾ ਵੀ ਚਲੋ ਇੱਥੇ ਵਿਆਹ ਹੁੰਦੇ UK 'ਚ, ਆਪਾਂ ਕਹਿ ਦਈਏ ਵੀ ਕੋਈ ਮੁੰਡਾ ਇੰਡੀਆ ਤੋਂ ਆਇਆ ਜਾਂ ਕੁੜੀ ਇੱਥੇ ਦੀ ਹੁੰਦੀ ਆ ਜਾਂ ਕੁੜੀ ਮੁੰਡਾ ਇੱਥੇ ਦਾ ਕੁੜੀ ਹੈ ਨਾ ਇੰਡੀਆ ਦੀ, ਅਤੇ ਕਈ ਵਾਰੀ ਉਹ ਥੋੜ੍ਹੀ ਜਿਹੀਆਂ ਆਪਣੀਆਂ ਮਤਲਬ ਆਪਣੀ ਜਿਹੜੀ ਗੱਲਾਂ ਬਾਤਾਂ ਨੂੰ ਲੈ ਕੇ ਉਹ ਨਹੀਂ ਮਤਲਬ ਉਹਨਾਂ ਦੇ ਫਿੱਟ ਨਹੀਂ ਪੈਂਦਾ ਹੈ ਨਾ, ਸੋ ਉਹ ਡਿਵੋਰਸ ਕਰਦੇ ਪਰ ਉਹਨਾਂ ਦਾ ਬੇਬੀ ਹੋਇਆ ਹੁੰਦਾ। ਹੁਣ ਕੁੜੀ ਕਹਿ ਦਿੰਦੀ ਵੀ ਮੁੰਡਾ ਮੈਂ ਰੱਖਣਾ ਜਾਂ ਕੁੜੀ ਮੈਂ ਰੱਖਣੀ ਆ, ਪਰ ਮੁੰਡਾ ਕਹਿੰਦਾ ਵੀ ਹੈ ਨਾ ਮੈਂ ਮਤਲਬ ਬੇਬੀ ਮੈਂ ਰੱਖਣਾ ਆ, ਸੋ ਮਤਲਬ ਉਸ ਬੇਸ ਦੇ ਉੱਤੇ ਬੇਬੀ ਕਿਹਦੇ ਕੋਲ ਜਾਂਦਾ ਹੈ ਵੀ ਜਦੋਂ ਦੋਨੇ ਪਾਸੇ ਅਗਰੀ ਕਰਦੇ ਹੁਣ, ਪਰ ਉਹ ਇਕੱਠੇ ਵੀ ਨਹੀਂ ਰਹਿਣਾ ਚਾਹੁੰਦੇ। ਤੁਸੀਂ ਬੜਾ ਪਿਆਰਾ ਸਵਾਲ ਪੁੱਛਿਆ, ਹਾਂਜੀ, ਪਰ ਉਹ ਸਵਾਲ ਪੁੱਛਿਆ ਜਿਹੜਾ ਅਨਫੋਰਚੁਨੇਟਲੀ ਹਰ ਜਿਹੜਾ ਨਵਾਂ ਕਪਲ ਆ, ਹਰ ਤਾਂ ਨਹੀਂ ਕਹੋਗੇ ਲੇਕਿਨ ਮੈਜੋਰਿਟੀ ਦਾ ਇਹੀ ਮਸਲਾ ਹੈ ਜੀ, ਕਿਉਂਕਿ ਕੁੜੀ ਜਾਂ ਮੁੰਡਾ ਜਿਹੜਾ ਵੀ ਬਾਹਰਲੇ ਦੇਸ਼ਾਂ ਤੋਂ UK ਆਉਂਦਾ, ਜਿਹੜੇ ਇੱਥੇ ਦਾ ਬ੍ਰਿਟਿਸ਼ ਸਪਾਊਸ ਆਉਂਦਾ ਜਿਹਦਾ ਉਹਨਾਂ ਨਾਲ ਆਪਸ 'ਚ ਰਹਿੰਦੇ, ਬਹੁਤਿਆਂ ਦੀ ਆਪਣੇ ਆਪਣੇ ਕਲਚਰ ਸੋਸਾਇਟੀ ਦੇਖ ਕੇ ਨਹੀਂ ਬਣਦੀ ਜੀ। ਸੋ ਮੈਨੀ ਡਿਫਰੈਂਟ ਵੀਜ਼ੇ ਤੋਂ ਲੈ ਕੇ, ਫਾਈਨਾਂਸ ਤੋਂ ਲੈ ਕੇ, ਸੋਚ ਤੋਂ ਲੈ ਕੇ, ਕਲਚਰ ਤੋਂ ਲੈ ਕੇ, ਠੀਕ ਆ,
ਸਾਰੀ ਗੱਲ ਇੱਥੇ ਦੇ ਹੁੰਦੇ ਨੇ, ਉਹਨਾਂ ਦੀ ਅਪਬ੍ਰਿੰਗਿੰਗ ਥੋੜ੍ਹੀ ਡਿਫਰੈਂਟ ਸਟਾਈਲ ਹੁੰਦੀ ਆ, ਜਿਹੜੇ ਉੱਥੋਂ ਤੋਂ ਆਉਂਦੇ ਥੋੜ੍ਹਾ ਡਿਫਰੈਂਟ ਹੁੰਦੇ, ਉਹਦੇ ਇਨਸਾਨ ਹੀ ਹਨ, ਹਾਂਜੀ ਹਾਂਜੀ, ਉਹਦੇ ਇੱਕ ਹੀ ਮਿੱਟੀ ਦੇ ਹੁੰਦੇ ਨੇ, ਉਹਦੇ ਇੱਕ ਹੀ ਖੂਨ ਦੇ ਹੁੰਦੇ ਨੇ ਜੀ, ਆਏ ਤਾਂ ਸਾਰੇ ਇੱਕ ਹੀ ਜਗ੍ਹਾ ਤੋਂ ਆਉਂਦੇ ਨੇ, ਉਹ ਰੱਬੋਂ ਕੋਈ ਇੱਥੇ ਪੈਦਾ ਹੁੰਦਾ ਅਤੇ ਕੋਈ ਉੱਥੇ ਪੈਦਾ ਹੁੰਦਾ, ਉਹ ਇੱਕ ਡਿਫਰੈਂਟ ਸਟੋਰੀ ਆ, ਹਾਂਜੀ, ਲੇਕਿਨ ਸੋਚ ਵਿੱਚ ਇਹੋ ਹੀ ਫਰਕ ਆ ਜਿਸ ਤਰ੍ਹਾਂ ਗੋਰੇ ਔਰ ਕਾਲੇ ਦੀ ਸੋਚ ਵਿੱਚ ਫਰਕ ਆ ਜੀ, ਸ਼ੈਲ ਵੀ ਸੇ ਦਿਸ ਵੇ, ਠੀਕ ਆ, ਹਾਂਜੀ, ਅਤੇ ਜਦੋਂ ਅਨਫੋਰਚੁਨੇਟਲੀ ਆਪਸ ਵਿੱਚ ਨਹੀਂ ਬਣਦੀ, ਅਤੇ ਦੇਖੋ ਇੱਕ ਬੜਾ ਬੇਸਿਕ ਅਸੂਲ ਆ ਕਿ ਬੱਚਾ 18 ਤੋਂ ਘੱਟ ਮਾਂ ਕੋਲ ਰਹਿੰਦਾ, ਓਕੇ, ਇੱਕ ਬੜਾ ਵੈਲ ਸੈਟਲਡ ਕਾਨੂੰਨ ਆ, ਨਾ ਸਿਰਫ ਯੂਕੇ 'ਚ ਹੈਗਾ ਪੂਰੀ ਦੁਨੀਆ 'ਚ ਹੈਗਾ ਜੀ, ਕਿ ਬੱਚਾ ਮਾਂ ਕੋਲ ਰਹੇਗਾ। ਮਾਂ ਕੋਲ ਕਦੋਂ ਨਹੀਂ ਰਹਿ ਸਕਦਾ? ਜਦੋਂ ਮਾਂ ਦੀ ਆਪਣੀ ਕੋਈ ਮੈਂਟਲ ਕਪੈਸਿਟੀ ਦਾ ਮਸਲਾ ਹੋਵੇ ਜੀ, ਮਾਂ ਜਦੋਂ ਕਿ ਚੰਗੀ ਮਾਂ ਨਾ ਹੋਵੇ, ਠੀਕ ਹੈ ਜੀ, ਲੈਟਸ ਏ ਬਿਮਾਰ ਆ, ਠੀਕ ਹੈ, ਜਾਂ ਮਾਂ ਦਾ ਕੋਈ ਐਸਾ ਜੋਬ ਹੋਵੇ ਜਿਸ ਵਿੱਚ ਉਹ ਬੱਚੇ ਦੀ ਪੂਰੀ ਤਰ੍ਹਾਂ ਲੁੱਕ ਆਫਟਰ ਨਾ ਕਰ ਸਕੇ, ਫਿਰ ਬੱਚਾ ਜਿਹੜਾ ਹੁੰਦਾ ਉਹ ਜਿਹੜਾ ਨੈਕਸਟ ਪੇਰੈਂਟ ਹੁੰਦਾ ਉਸ ਕੋਲ ਜੱਜ ਸੋਚਦੀ ਹੈ ਦੇਣ ਦੀ, ਜੋ ਕਿ ਡੈਡ ਵੀ ਹੋ ਸਕਦਾ, ਅਗਰ ਡੈਡ ਵੀ ਕਿਸੇ ਕਾਰਨ ਬੱਚੇ ਨੂੰ ਨਹੀਂ ਸੰਭਾਲ ਸਕਦਾ, ਲੈਟਸ ਉਹਦਾ ਇਮੀਗ੍ਰੇਸ਼ਨ ਦਾ ਮਸਲਾ ਜੀ ਜਾਂ ਕੋਈ ਵੀ ਮਸਲਾ, ਅਤੇ ਫਿਰ ਸੋਸ਼ਲ ਸਰਵਿਸਿਜ਼ ਵਾਲੇ ਇਨਵੋਲਵ ਹੁੰਦੇ, ਓਕੇ, ਫਿਰ ਕੈਫ ਕੈਸ ਵਾਲੇ, ਸੋਸ਼ਲ ਸਰਵਿਸਿਜ਼ ਵਾਲੇ, ਅਤੇ ਦਾ ਹੋਲ ਸੈਟ ਆਫ ਪ੍ਰੋਸੀਜਰ, ਹਾਂਜੀ, ਇਹ ਪੂਰਾ ਪ੍ਰੋਸੀਜਰ ਬਣਿਆ ਜਿਸ ਦੀ ਹਕੂਮਤ ਬੱਚੇ ਨੂੰ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਦੇਖੀ ਜਾਂਦੀ ਆ ਬੱਚੇ ਦੀ ਵੈਲ ਬੀਂਗ, ਕਿ ਬੱਚਾ ਮਾਂ ਪਿਓ ਦੀ ਲੜਾਈ ਦਾ ਨੁਕਸਾਨ ਬੱਚੇ ਨੂੰ ਨਾ ਹੋਵੇ ਜੀ, ਬਿਲਕੁਲ, ਔਰ ਪੂਰੇ ਯੂਕੇ ਦੇ ਅੰਦਰ ਭਲੇ ਫੈਮਿਲੀ ਲੋਅ ਦਾ ਐਕਟ ਹੋਵੇ, ਭਲੇ ਚਿਲਡਰਨ ਲੋਅ ਦਾ ਕਾਨੂੰਨ ਹੋਵੇ, ਭਲੇ ਇਮੀਗ੍ਰੇਸ਼ਨ ਦਾ ਕਾਨੂੰਨ ਹੋਵੇ, ਠੀਕ ਹੈ ਜੀ, ਖਾਸ ਕਰ ਬੜਾ ਮਸ਼ਹੂਰ ਸੈਕਸ਼ਨ ਹੈ ਇਮੀਗ੍ਰੇਸ਼ਨ ਦਾ, ਜਿਹੜੇ ਇਮੀਗ੍ਰੇਸ਼ਨ ਲੋਅ ਕਰਦੇ ਉਹਨਾਂ ਨੂੰ ਪਤਾ ਸੈਕਸ਼ਨ 55 ਜੀ, ਕਿ ਬੈਸਟ ਇੰਟਰਸਟ ਆਫ ਦਾ ਚਾਈਲਡ ਦੇਖਿਆ ਜਾਂਦਾ, ਹਾਂਜੀ, ਕਿ ਬੱਚੇ ਦਾ ਜਿਹੜਾ ਸੁਭਾਅ ਹੈ, ਬੱਚੇ ਦਾ ਜਿਹੜਾ ਬੈਸਟ ਇੰਟਰਸਟ ਆ, ਬੱਚੇ ਦੀ ਜਿਹੜੀ ਬਿਹਤਰੀ ਹੈ ਮਾਂ ਕੋਲੇ ਪਿਓ ਕੋਲੇ, ਜਿੱਥੋਂ ਦਾ ਸਵਾਲ ਦਾ ਜਵਾਬ ਹੈ ਵੇ, ਪਹਿਲੀ ਪ੍ਰਾਇਰਟੀ ਮਾਂ ਕੋਲ ਹੋਊਗੀ, ਅਗਰ ਬੱਚਾ 18 ਤੋਂ ਘੱਟ ਆ, ਮਾਂ ਕਿਸੇ ਕਾਰਨ ਬੱਚੇ ਨੂੰ ਨਾ ਸੰਭਾਲ ਸਕੇ, ਫਿਰ ਪਿਓ ਕੋਲ ਜਾਂਦਾ, ਪਿਓ ਵੀ ਨਾ ਸੰਭਾਲ ਸਕੇ, ਫਿਰ ਸੋਸ਼ਲ ਸਰਵਿਸਿਜ਼ ਵਾਲੇ ਇਨਵੋਲਵ ਹੁੰਦੇ ਜੀ, ਅਤੇ ਇਹ ਫੈਸਲਾ ਕੌਣ ਕਰਦਾ? ਚਿਲਡਰਨ ਜਿਹੜੀ ਕੋਰਟ ਹੋਏ ਬੱਚਿਆਂ ਦੀ ਜਾਂ ਫੈਮਿਲੀ ਕੋਰਟ ਆ, ਉੱਥੇ ਫੈਸਲਾ ਹੁੰਦਾ ਜੀ, ਠੀਕ ਹੈ, ਨਾਲੋ ਨਾਲ ਇਹ ਵੀ ਦੱਸਿਆ ਜਾਈਏ, ਸਵਾਲ ਥੋੜ੍ਹਾ ਜਿਹਾ ਜਵਾਬ ਲੰਬਾ ਹੋਊਗਾ, ਹਾਂਜੀ, ਲੇਕਿਨ ਇੰਪੋਰਟੈਂਟ ਹੈਗਾ, ਕਿਉਂਕਿ ਇਹ ਚੀਜ਼ ਸਾਡੇ ਘਰਾਂ 'ਚ ਬਹੁਤ ਹੋ ਰਹੀ ਆ ਅੱਜ ਕੱਲ੍ਹ, ਹਾਂਜੀ, ਕਿ ਬਹੁਤ ਸਾਰੇ ਲੋਕ ਜਿਹੜੇ ਉੱਥੋਂ ਆਉਂਦੇ ਉਹ ਬੱਚੇ ਦੇ ਸਿਰ 'ਤੇ ਪੱਕਾ ਆਉਣ ਦੀ ਕੋਸ਼ਿਸ਼ ਕਰਦੇ, ਬਿਲਕੁਲ, ਇੱਥੇ ਦੇ ਜਿਹੜੇ ਬ੍ਰਿਟਿਸ਼ ਸਪਾਊਸਿਸ ਹੁੰਦੇ ਉਹ ਸਟ੍ਰੇਟ ਅਵੇ ਇੱਕ ਹੀ ਇਲਜ਼ਾਮ ਲਾਉਂਦੇ ਕਿ ਬੱਚੇ ਦੇ ਕਸਟਡੀ ਇਸ ਵਾਸਤੇ ਲੈ ਰਹੇ ਕਿ ਬੱਚੇ ਦੇ ਸਿਰ 'ਤੇ ਪੱਕਾ ਹੋਵੇਗੇ, ਦਿਸ ਇਜ਼ ਵੈਰੀ ਕਾਮਨ ਸਿਚੁਏਸ਼ਨ, ਹਾਂਜੀ, ਇਹ ਅਸੀਂ ਦੇਖਦੇ ਰਹਿੰਦੇ ਹਾਂ, ਠੀਕ ਆ, ਮੈਂ ਲਾਜ਼ਮੀ ਨਹੀਂ ਕਿ ਹਰ ਬੰਦਾ ਬੱਚੇ ਦੀ ਖਾਤਰ ਵੀਜ਼ਾ ਲੈਣੇ ਵਾਸਤੇ ਬੱਚੇ ਦੀ ਕਸਟਡੀ ਜਾਂ ਬੱਚੇ ਦੀ ਆਪਣੇ ਕੋਲ ਰੱਖਣਾ ਚਾਹੁੰਦਾ, ਇਸ ਤੋਂ ਨੈਸੈਸਰੀ ਸਾਰੀ ਗੱਲ, ਉਹ ਵੀ ਜਮਾਇਆ ਇਕੱਠੀਆਂ ਹੁੰਦੀਆਂ ਦੋਨਾਂ ਨੇ ਬੱਚਾ, ਹਾਂਜੀ, ਅਤੇ ਉਹਨਾਂ ਨੇ ਬੱਚਿਆਂ ਨੂੰ ਇਤਨਾ ਪਿਆਰ ਹੋਊਗਾ, ਲੇਕਿਨ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਹੈ ਉਹ ਸਾਹਮਣੇ ਹਮੇਸ਼ਾ ਰੱਖਿਆ ਜਾਂਦਾ, ਔਰ ਉਸਦੇ ਕਾਰਨ ਪਿਓ ਦੀ ਜਾਂ ਮਾਂ ਨੂੰ ਜਿਹੜੇ ਬਾਹਰਲੇ ਦੇਸ਼ ਤੋਂ ਆਉਂਦੇ ਹਮੇਸ਼ਾ ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ, ਇਹ ਸਿਰਫ ਕਾਗਜ਼ਾਂ ਦੀ ਖਾਤਰ ਬੱਚੇ ਨੂੰ ਕਸਟਡੀ ਲੈਣਾ ਚਾਹੁੰਦੇ, ਹਾਂਜੀ, ਅਤੇ ਦਿਸ ਇਜ਼ ਨੋਟ ਦ ਰਾਈਟ ਅਪਰੋਚ, ਦਿਸ ਇਜ਼ ਨੋਟ ਦ ਕਰੈਕਟ ਅਪਰੋਚ ਜੀ, ਠੀਕ ਆ, ਅਤੇ ਜ਼ਾਹਰੀ ਗੱਲ ਜਿਹਨੇ ਜਮਾਇਆ ਹੁੰਦਾ ਇੱਕ ਨੈਚੁਰਲੀ ਤੌਰ 'ਤੇ ਉਸ ਬੱਚੇ ਨਾਲ ਪਿਆਰ ਵੀ ਹੁੰਦਾ ਜੀ, ਅਤੇ ਸੋਰੀ ਜਵਾਬ ਲੰਬਾ ਦਿੱਤਾ, ਕੋਈ ਨਹੀਂ, ਲੇਕਿਨ ਵਧੀਆ ਆਪਾਂ ਨੂੰ ਸਗੋਂ ਜਿਹੜੇ ਆਪਾਂ ਦੇਖ ਰਹੇ ਸੁਣਨੇ ਦੇਖਣ ਵਾਲੇ ਨੂੰ ਦੱਸਣਾ ਲਾਜ਼ਮੀ ਆ, ਬਰੀਫ 'ਚ ਪਤਾ ਲੱਗ ਗਿਆ ਹੋਣਾ ਉਹਨਾਂ ਨੂੰ, ਇਸ ਮਸਲੇ ਦੇ ਪਿੱਛੇ ਕਿਹੜੀ ਕਿਹੜੀ ਆਂਸਰ ਪੋਸੀਬਲ ਸਿਚੁਏਸ਼ਨ ਹੋ ਸਕਦੀ ਆ। ਇੱਕ ਸਵਾਲ ਇਹਦੇ ਨਾਲ ਮੈਂ ਹੋਰ, ਮਤਲਬ ਇਹਦੇ ਨਾਲ ਹੀ ਮਿਲਦਾ ਜੁਲਦਾ ਆ, ਐਡ ਆ, ਮਤਲਬ ਚਲੋ ਇਹ ਤਾਂ ਗੱਲ ਸੀਗੀ ਨਾ ਬੱਚੇ ਦੀ, ਹੁਣ ਆਪਾਂ ਕਈ ਜਿੱਦਾਂ ਹੁਣ ਆਪਣੇ ਸਟੂਡੈਂਟ ਸਪਾਊਸ ਆਏ ਆ ਜਾਂ ਮਾਸਟਰਸ ਵਿੱਚ ਆਏ ਆ, ਹੈ ਨਾ, ਜਿਹੜੇ ਸਪਾਊਸ ਆਏ ਆ, ਅਤੇ ਮਤਲਬ ਉਹ ਵੀ ਆਪਾਂ ਇੱਦਾਂ ਦੇਖਦੇ ਵੀ ਉਹਨਾਂ ਦੀ ਵੀ ਕਈ ਵਾਰੀ ਆਪਸ ਵਿੱਚ ਨਹੀਂ ਬਣਦੀ, ਹੈ ਨਾ, ਬਹੁਤ ਟੂ ਮੱਚ ਹੋ ਜਾਂਦਾ ਨਾ, ਕਿਉਂਕਿ ਉਹ ਫਾਈਨੈਂਸ਼ਲੀ ਆਪਾਂ ਕਹਿ ਲਈਏ, ਕਿਉਂਕਿ ਸਟੂਡੈਂਟ ਹੋ ਜਾਂਦੇ ਆ, ਹੁਣ ਕਈ ਵਾਰੀ ਇੱਦਾਂ ਹੁੰਦਾ ਜਦੋਂ ਮਤਲਬ ਉਹਨਾਂ ਦੀ ਆਪਸ ਵਿੱਚ ਨਹੀਂ ਬਣਦੀ, ਜਿਹੜਾ ਡਿਪੈਂਡੈਂਟ ਹੁੰਦਾ ਆ ਉਹ ਮੇਨ, ਮਤਲਬ ਜਿਹੜੀ ਸਟੂਡੈਂਟ ਆਪਾਂ ਕਹਿ ਉਹਦੀ ਘਰ ਵਾਲੀ ਹੋਊਗੀ ਜਾਂ ਘਰ ਵਾਲੀ ਡਿਪੈਂਡੈਂਟ ਕਰ ਲਓ ਜਾਂ ਦੂਆ ਮੁੰਡਾ, ਉਹਨੂੰ ਇਹ ਕਹਿੰਦਾ ਵੀ ਮੈਂ ਡਿਪੈਂਡੈਂਟ ਆ, ਮੇਰੇ ਕੋਲ ਵੀਜ਼ਾ ਇੱਦਾਂ ਆ ਵੀ ਮੈਂ ਤੈਨੂੰ ਇੱਦਾਂ ਡਿਪੋਰਟ ਕਰਾ ਦੂੰਗਾ, ਮੈਂ ਤੂੰ ਇੱਦਾਂ ਵੀ
ਮੈਂ ਤੁਹਾਨੂੰ ਲਾਅ ਤੋਂ ਅਟੈਚ ਕਰ ਦੂੰਗਾ। ਹੁਣ ਮੈਨੂੰ ਇਹ ਦੱਸੋ, ਅਗਰ ਉਹਨਾਂ ਦਾ ਡੋਮੈਸਟਿਕ ਕੁਛ ਵੀ ਹੁੰਦਾ ਉਹਨਾਂ ਦਾ ਆਪਸੀ ਮਸਲਾ, ਤਾਂ ਜਿਹੜਾ ਮੇਨ ਐਪਲੀਕੈਂਟ ਹੋਊਗਾ ਅਗਰ ਉਹਦਾ ਵੀਜ਼ਾ ਖਾਰਜ ਹੁੰਦਾ ਤਾਂ ਉਹਦੇ ਨਾਲ ਉਹਦੇ ਡਿਪੈਂਡੈਂਟ ਦਾ ਵੀ ਹੋਊਗਾ ਜਾਂ ਕਿ ਸਿਰਫ ਇੱਕ ਜਣੇ ਦਾ ਹੋਊਗਾ? ਭਾਜੀ ਇਹ ਐਨਦਰ ਵੈਰੀ ਗੁੱਡ ਕੁਐਸਚਨ। ਹਾਂਜੀ, ਇਹ ਵੀ ਆਪਾਂ ਨੇ ਦੇਖਿਆ ਰੀਸੈਂਟਲੀ ਆਪਣੇ ਦੇਸ਼ਾਂ ਤੋਂ, ਪੰਜਾਬ ਤੋਂ ਖਾਸ ਕਰ, ਜੀ ਬਹੁਤ ਹਸਬੈਂਡ ਵਾਈਫ ਆਏ ਜੀ, ਇੱਥੇ ਆ ਕੇ ਕਲੈਸ਼ ਹੋ ਜਾਂਦਾ ਜੀ। ਅਤੇ ਅਸੀਂ ਤਾਂ ਪਹਿਲੀ ਜਿਹੜੀ ਮਿਸਾਲ ਦਿੱਤੀ ਬ੍ਰਿਟਿਸ਼ ਦੇ ਨਾਲ, ਜਦੋਂ ਇੱਕ ਆਪਣੇ ਦੇਸ਼ ਤੋਂ ਜਿਹੜਾ ਬੰਦਾ ਆਉਂਦਾ ਉਸਦੀ ਨਹੀਂ ਬਣਦੀ। ਬਿਲਕੁਲ। ਹੁਣ ਜਿਹੜੇ ਦੋਨੋਂ ਜਣੇ ਉੱਥੋਂ ਆਉਂਦੇ ਨੇ ਹਸਬੈਂਡ ਵਾਈਫ ਜੀ, ਉਹਨਾਂ ਦੀ ਨਹੀਂ ਬਣੇ ਤਾਂ ਫਿਰ ਕੀ ਹੁੰਦਾ? ਇਹ ਵੀ ਬਹੁਤ ਪ੍ਰੋਬਲਮ ਆ, ਇਹ ਬਹੁਤ ਇੱਕ ਖਾਸ ਕਰ ਪੰਜਾਬੀ ਕਮਿਊਨਿਟੀ 'ਚ ਮੈਂ ਬਹੁਤ ਦੇਖਿਆ ਜੀ ਪ੍ਰੋਬਲਮ ਆ। ਇਸ ਸਿਚੁਏਸ਼ਨ ਵਿੱਚ ਅਗਰ ਮਾਂ ਬਾਪ ਦੀ ਆਪਸ 'ਚ ਨਹੀਂ ਬਣਦੀ, ਹਸਬੈਂਡ ਵਾਈਫ ਦੀ ਆਪਸ 'ਚ ਨਹੀਂ ਬਣਦੀ ਜੀ, ਤਾਂ ਸੋਸ਼ਲ ਸਰਵਿਸਿਜ਼ ਵਾਲੇ ਇਨਵੋਲਵ ਹੋ ਜਾਂਦੇ ਸਟ੍ਰੇਟ ਅਵੇ। ਓਕੇ, ਠੀਕ ਆ। ਇਹ ਕੱਲ੍ਹ ਹੀ ਸਾਡੇ ਕੋਲ ਇਸ ਤਰ੍ਹਾਂ ਦਾ ਕੇਸ ਆਇਆ ਜੀ, ਈਵਨ ਦੂਰ ਦੀ ਗੱਲ ਨਹੀਂ ਆ। ਲਾਈਕ ਆ ਸੈਡ, ਅਸੀਂ ਤਾਂ ਐਕਸਪੀਰੀਅੰਸ ਦੀ ਬੇਲ 'ਤੇ ਗੱਲ ਕਰਦੇ ਹਾਂ, ਔਰ ਤੁਸਾਂ ਕੋਲ ਵੀ ਜ਼ਾਹਰੀ ਗੱਲ ਹੈ ਕਮਿਊਨਿਟੀ ਬੇਸ ਚੈਨਲ ਆ, ਲੋਕ ਉਹ ਵੀ ਸਵਾਲ ਪੁੱਛਦੇ ਜਿਹੜੇ ਘਰਾਂ 'ਚ ਗੱਲਾਂ ਹੁੰਦੀਆਂ। ਹਾਂਜੀ ਹਾਂਜੀ। ਕਿ ਜਦੋਂ ਸਟੂਡੈਂਟ ਵੀ ਆਉਂਦੇ ਆਪਣੇ ਦੇਸ਼ ਤੋਂ ਜੀ, ਉਹਨਾਂ ਦੀ ਆਪਸ 'ਚ ਨਹੀਂ ਬਣਦੀ, ਹਾਂਜੀ, ਜਾਂ ਵਾਈਫ ਜਿਹੜੀ ਆ ਹਸਬੈਂਡ ਦਾ ਵੀਜ਼ਾ, ਡਿਪੈਂਡੈਂਟ ਦਾ ਵੀਜ਼ਾ ਕੈਂਸਲ ਕਰਵਾਉਂਦੀ ਆ, ਠੀਕ ਆ, ਅਤੇ ਉਹਦਾ ਅਸਰ ਦੋਨਾਂ ਇਹ ਜਿਹੜਾ ਡਿਪੈਂਡੈਂਟ ਹੈ ਉਹ 'ਤੇ ਪੈਂਦਾ ਹੀ ਪੈਂਦਾ ਜੀ। ਫਿਰ ਕੁਐਸਚਨ ਇਹ ਪੈਦਾ ਹੁੰਦਾ, ਬੱਚਾ ਕਿਸ ਕੋਲ ਜਾਊਗਾ? ਰੂਲ ਸੇਮ ਹੀ ਆ। ਨਹੀਂ, ਉਹਨਾਂ ਦੇ ਬੱਚੇ ਨਹੀਂ ਦੀ ਮੈਂ ਗੱਲ ਕਰ ਰਿਹਾ, ਮੈਂ ਤੁਹਾਨੂੰ ਕਹਿ ਰਿਹਾ ਅਗਰ ਦੋਨੇ ਮਤਲਬ ਕਲੈਸ਼ ਕਰਦੇ ਕਿ ਇੱਕ ਦੂਜੇ ਨੂੰ ਧਮਕੀ ਦੇ ਦਿੰਦਾ ਵੀ ਮੇਨ ਐਪਲੀਕੈਂਟ ਡਿਪੈਂਡੈਂਟ ਵੀ ਮੈਂ ਤੇਰਾ ਡਿਪੋਰਟ ਕਰਾ ਦੂੰਗਾ, ਡਿਪੈਂਡੈਂਟ ਦਾ ਵੀਜ਼ਾ ਖਤਮ ਹੋ ਜਾਂਦਾ। ਹਾਂ, ਡਿਪੈਂਡੈਂਟ ਦਾ ਖਤਮ ਹੋ ਜਾਂਦਾ, ਕੀ ਡਿਪੈਂਡੈਂਟ ਦੇ ਵੀਜ਼ੇ ਖਤਮ ਹੋਣ ਨਾਲ ਮੇਨ ਐਪਲੀਕੈਂਟ ਦਾ ਵੀ ਖਤਮ ਹੁੰਦਾ? ਨਹੀਂ, ਮੇਨ ਦਾ ਤਾਂ, ਮੇਨ ਦਾ ਜਿਹੜਾ ਬੰਦਾ ਪਾਵਰ ਤਾਂ ਉਹਦੇ ਹੱਥ 'ਚ ਹੁੰਦੀ ਆ। ਹਾਂਜੀ, ਅਗਰ ਮੈਂ ਸਟੂਡੈਂਟ ਹੈਗਾ, ਠੀਕ ਹੈ, ਮੇਰੀ ਵਾਈਫ ਮੇਰੀ ਡਿਪੈਂਡੈਂਟ ਆ, ਓਕੇ, ਅਗਰ ਮੇਰੀ ਵਾਈਫ ਨਾਲ ਨਹੀਂ ਬਣਦੀ ਮੈਂ ਹੋਮ ਆਫਿਸ ਨੂੰ ਸ਼ਿਕਾਇਤ ਕਰਦਾ ਵਾਂ, ਉਹਦਾ ਵੀਜ਼ਾ 60 ਦਿਨਾਂ ਬਾਅਦ ਖਤਮ ਹੋ ਜਾਊਗਾ। ਅਤੇ ਅਗਰ ਡਿਪੈਂਡੈਂਟ ਮੇਨ ਐਪਲੀਕੈਂਟ 'ਤੇ ਕਰਦਾ ਹੈ ਕੋਈ ਰਿਪੋਰਟ? ਡਿਪੈਂਡੈਂਟ ਮੇਨ ਐਪਲੀਕੈਂਟ 'ਤੇ ਵੀਜ਼ੇ ਦੇ ਦੁਆਰਾ ਕੁਝ ਨਹੀਂ ਕਰ ਸਕਦਾ। ਡਿਪੈਂਡੈਂਟ ਦਾ ਮਤਲਬ ਹੀ ਜਿਹੜਾ ਡਿਪੈਂਡੈਂਟ ਹੈਗਾ, ਓਕੇ, ਅਗਰ ਮੇਰੀ ਵਾਈਫ ਹੈਗੀ ਹੈ ਡਿਪੈਂਡੈਂਟ ਵੀਜ਼ੇ 'ਤੇ, ਉਹ ਤਾਂ ਮੇਰੀ ਡਿਪੈਂਡੈਂਟ ਹੈਗੀ ਆ, ਹਾਂਜੀ, ਉਹ ਮੇਰੇ ਖਿਲਾਫ ਇਮੀਗ੍ਰੇਸ਼ਨ ਵੀ ਕੁਝ ਨਹੀਂ ਕਰ ਸਕਦੀ। ਓਕੇ, ਵੈਸੇ ਮਾਲ ਕੁਟਾਈ ਹੋਵੇ, ਕੋਈ ਹੋਰ ਕ੍ਰਾਈਮ ਹੋਵੇ, ਉਹ ਪੁਲਿਸ ਜਾ ਸਕਦੀ ਆ। ਹਾਂਜੀ, ਇਮੀਗ੍ਰੇਸ਼ਨ ਦੇ ਦੁਆਰੇ ਜਿਹੜਾ ਮੇਨ ਐਪਲੀਕੈਂਟ ਹੁੰਦਾ ਪਾਵਰ ਉਸ ਕੋਲ ਰਹਿੰਦੀ ਆ ਜੀ, ਡਿਪੈਂਡੈਂਟ ਜਿਹੜਾ ਹੁੰਦਾ ਉਹ ਕੁਝ ਨਹੀਂ ਕਰ ਸਕਦਾ। ਲੇਕਿਨ ਇਨ੍ਹੀਂ ਗੱਲਾਂ ਨੂੰ ਦੇਖਦੇ ਹੋਏ, ਹਾਂਜੀ, ਹੋਮ ਆਫਿਸ ਨੇ 2 ਮਹੀਨੇ ਪਹਿਲੇ ਇੱਕ ਨਵੀਂ ਕਾਨੂੰਨ ਬਣਾਇਆ ਜੀ ਕਿ ਅਗਰ ਮੈਂ ਔਰ ਮੇਰੀ ਵਾਈਫ, ਮੈਂ ਆਪਣੀ ਮਿਸਾਲ ਦੇਣਾ, ਅਸੀਂ ਸਟੂਡੈਂਟ ਆਉਂਦੇ ਹਾਂ ਇੰਡੀਆ ਤੋਂ, ਠੀਕ ਆ, ਸਾੜੀ ਨਹੀਂ ਬਣਦੀ, ਹਾਂਜੀ, ਔਰ ਮੈਂ ਆਪਣੇ ਡਿਪੈਂਡੈਂਟ ਵਾਈਫ ਨਾਲ ਜ਼ਿਆਦਾ ਕਰਦਾ ਹਾਂ ਜੀ, ਤਾਂ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਡੋਮੈਸਟਿਕ ਵਾਇਲੈਂਸ ਕਨਸੈਸ਼ਨ ਰੱਖੀ ਗਈ ਆ। ਓਕੇ, ਇਹ ਇੱਕ ਨਵੀਂ ਚੀਜ਼ ਆਈ ਆ ਜੋ ਕਿ ਬੜੀ ਚੰਗੀ ਚੀਜ਼ ਆ। ਪਹਿਲੇ ਹੁੰਦੀ ਸੀ ਇਹ ਬ੍ਰਿਟਿਸ਼ ਸਪਾਊਸੀ ਵਾਸਤੇ ਹੁੰਦੀ ਸੀ, ਹਾਂਜੀ, ਲੇਕਿਨ ਹੁਣ ਜਿਹੜੇ ਫੋਰਨ ਸਟੂਡੈਂਟ ਫੈਮਲੀਆਂ ਜਾਂ ਵਰਕ ਪਰਮਿਟ ਦੀ ਫੈਮਲੀਆਂ ਆਉਂਦੀਆਂ ਜੀ, ਇਹ ਉਹਨਾਂ ਨੂੰ ਵੀ ਇਹ ਕਨਸੈਸ਼ਨ, ਇਹ ਰਿਆਇਤ ਜੀ, ਜਾਂ ਇਹ ਛੂਟ ਜਾਂ ਫਲੈਕਸੀਬਿਲਿਟੀ ਦਿੱਤੀ ਗਈ ਆ ਜੀ, ਕਿ ਅਗਰ ਮੈਂ ਸਟੂਡੈਂਟ ਹਾਂ, ਮੇਨ ਐਪਲੀਕੈਂਟ ਹਾਂ, ਮੇਰੀ ਵਾਈਫ ਡਿਪੈਂਡੈਂਟ ਆ ਜੀ, ਅਗਰ ਮੈਂ ਉਸ ਨੂੰ ਜ਼ਿਆਦਾ ਕਰਦਾ ਤੇ ਉਹ ਹੋਮ ਆਫਿਸ ਨੂੰ ਕਹਿ ਕੇ ਪੈਰ ਉਹਨੂੰ 3 ਮਹੀਨੇ ਦਾ ਵੀਜ਼ਾ ਦੇਵਣਗੇ ਜੀ, ਬਿਲਕੁਲ, ਐਜ਼ ਅ ਕਨਸੈਸ਼ਨ। ਹਾਂਜੀ, ਉਸ ਤੋਂ ਬਾਅਦ ਅਗਰ ਮੈਂ ਵਾਕਈ ਜ਼ਿਆਦਾ ਕੀਤੀ ਉਸ ਨਾਲ, ਹਾਂਜੀ, ਤੇ ਉਹਨੂੰ ਅੱਗੇ ਮਜ਼ੀਦ ਵੀ ਵੀਜ਼ਾ ਦੇ ਸਕਦੇ ਜੀ, ਬੇਸਡ ਔਨ ਦਾ ਸਰਕਮਸਟਾਂਸਿਸ। ਤੇ ਇਹ ਤੁਸੀਂ ਚੰਗਾ ਸਵਾਲ ਪੁੱਛਿਆ, ਆਈ ਡੋਂਟ ਥਿੰਕ ਸੋ ਕਿ ਬਾਹਲੇ ਬੰਦਾ ਨੂੰ ਇਹ ਚੀਜ਼ ਪਤਾ ਹੋਏਗੀ, ਲੇਕਿਨ ਇੱਕ ਨਵੀਂ ਕਨਸੈਸ਼ਨ ਪਾਲਿਸੀ ਆਈ ਆ ਜਿਹੜੇ ਫੋਰਨ ਸਟੂਡੈਂਟ ਜਾਂ ਮਾਈਗ੍ਰੈਂਟ ਵਰਕਰ ਆਉਂਦੇ ਔਰ ਫੈਮਲੀਆਂ 'ਚ ਕਲੈਸ਼ ਪੈ ਜਾਂਦਾ ਔਰ ਦੋਨਾਂ 'ਚ ਕੋਈ ਬ੍ਰਿਟਿਸ਼ ਨਹੀਂ ਹੁੰਦਾ ਜੀ, ਅਤੇ ਉਹਨਾਂ ਵਾਸਤੇ ਇਹ ਰਿਆਇਤ ਹੈਗੀ ਆ ਜੋ ਕਿ ਪਹਿਲੇ ਸਿਰਫ ਬ੍ਰਿਟਿਸ਼ ਸਪਾਊਸਿਸ ਜਾਂ ਜਿਹੜੇ ਬ੍ਰਿਟਿਸ਼ ਦੇ ਨਾਲ ਫੈਮਲੀਆਂ ਆਉਂਦੀਆਂ ਸਨ ਉਹਨਾਂ 'ਤੇ ਹੁੰਦਾ ਸੀ। ਅਤੇ ਇਹ ਵੀ ਆਈ ਥਿੰਕ ਸਾਨੂੰ ਲੋਕਾਂ ਨੂੰ ਕਾਫੀ ਦੱਸਣਾ ਚਾਹੀਦਾ ਹੈ ਕਿ ਤੁਸੀਂ ਵੀ ਯੂ ਡੋਂਟ ਹੈਵ ਟੂ ਸਫਰ ਇਨ ਸਾਇਲੈਂਸ, ਤੁਸੀਂ ਘਰੇ ਖਾਮੋਸ਼ ਬਹਿ ਕੇ ਇਹ ਸਮਝ ਕੇ ਨਾ ਘੁੱਟ ਘੁੱਟ ਕੇ ਅੰਦਰ ਡਰੇ ਰਹਿਣਾ ਕਿ ਮੈਂ ਡਿਪੈਂਡੈਂਟ ਹਾਂ ਅਤੇ ਮੈਂ ਕੁਝ ਨਹੀਂ ਕਰ ਸਕਦਾ ਜੀ। ਅਗਰ ਤੁਸੀਂ ਵਾਕਈ ਧੱਕਾ ਹੋਇਆ, ਹੱਥ ਹੋਇਆ, ਤਾਂ ਤੁਸੀਂ ਹੋਮ ਆਫਿਸ ਨੂੰ ਡੀਵੀ ਕਨਸੈਸ਼ਨ ਪਾਲਿਸੀ ਦੀ ਬੇਸ 'ਤੇ ਆਪਣੇ ਆਪ ਦੇ ਦਮ 'ਤੇ ਕਿੱਥੋਂ ਨਾ ਅਤਿਆਚਾਰ ਹੋਇਆ ਜਾਂ ਤੁਸੀਂ ਵਿਕਟਮ ਹੋ ਗਏ, ਵੀਜ਼ਾ ਲੈ ਵੀ ਸਕਦੇ ਹੈਗੇ ਜੀ। ਬਿਲਕੁਲ,
ਹਾਂਜੀ ਤੇਜ ਬੇਅ ਸਾਹਿਬ ਨੇ ਬਹੁਤ ਮਤਲਬ ਵਧੀਆ ਆਂਸਰ ਤੇ ਇਸ ਦਿੱਤਾ ਤੇ ਕਸਟਮਰ ਫਰਦਰ ਪੁੱਛੀ ਕਰ ਹਾਂਜੀ ਸਕਦੇ ਪੁੱਛਾਂਗਾ ਕਿ ਜਿਹੜਾ ਡਿਪੈਂਡ ਹੈ ਵੀਜ਼ਾ ਉਹ ਖਤਮ ਕਰਦੀ ਹੈ ਹਾਂਜੀ ਉਹ ਵੀ ਇਮੀਡੀਏਟ ਇਫੈਕਟ ਹੁੰਦਾ ਹੈ ਇੱਕ ਦੂਸਰਾ ਕਿ ਅਗਰ ਖਤਮ ਹੋ ਗਿਆ ਤਾਂ ਵੀਜ਼ਾ ਕਰਤਾ ਉਹ ਮਾਫੀ ਤੇ ਉਸ ਕੀ ਲੀਗਲ ਰੈਮਡੀ ਹੋਏਗੀ ਉਹ ਰਹਿ ਸਕਦਾ ਹੈ ਜੀ ਜਿਹੜਾ ਡਿਪੈਂਡੈਂਟ ਵੀਜ਼ਾ ਵਿਦ ਇਮੀਡੀਏਟ ਇਫੈਕਟ ਖਤਮ ਨਹੀਂ ਹੁੰਦਾ 60 ਡੇਜ਼ ਦਾ ਨੋਰਮਲੀ ਨੋਟਿਸ ਮਿਲਦਾ ਜੀ ਪਹਿਲੀ ਗੱਲ ਦੂਜੀ ਗੱਲ ਆ ਕਿ ਅਗਰ ਡਿਪੈਂਡੈਂਟ ਜਦੋਂ ਵੱਖ ਹੋ ਜਾਂਦਾ ਸੈਪਰੇਟ ਹੋ ਜਾਂਦਾ ਆਪਣੇ ਮੇਨ ਕੋਲੋਂ ਤਾਂ ਉਸ ਕੋਲ ਇਖਤਿਆਰ ਪੂਰਾ ਹੈਗਾ ਕਿ ਉਹ ਕਿਸੇ ਹੋਰ ਵੀਜ਼ੇ ਸਵਿਚ ਕਰ ਜਾਵੇ ਭਲੇ ਉਹ ਵਰਕ ਪਰਮਿਟ ਹੋਵੇ ਬਿਜ਼ਨਸ ਵੀਜ਼ਾ ਹੋਵੇ ਇਨੋਵੇਟਰ ਹੋਵੇ ਹੈਲਥ ਕੇਅਰ ਹੋਵੇ ਸਟੂਡੈਂਟ ਹੋਵੇ ਜੀ ਉਸ ਕੋਲ ਭਰਪੂਰ ਪਾਵਰ ਹੁੰਦੀ ਆ ਕਿ ਕਿਸੇ ਵੀਜ਼ਾ ਵਿੱਚ ਵੀ ਸਵਿਚ ਕਰ ਸਕਦਾ ਓਕੇ ਜੀ ਅਤੇ ਇਹ ਵੀ ਇੱਕ ਲੀਗਲ ਰੈਮਡੀ ਜਾਂ ਚਾਰਾ ਜੋਈ ਜਾਂ ਇੱਕ ਆਪਸ਼ਨ ਖੁੱਲ੍ਹੀ ਹੈਗੀ ਓਕੇ ਜੀ ਠੀਕ ਹੈ ਜੀ ਹਾਂਜੀ ਇਹ ਵੀ ਚਲੋ ਬਹੁਤ ਵਧੀਆ ਇਹ ਵੀ ਹਾਂਜੀ ਕਿ ਡਿਪੈਂਡੈਂਟ ਲਾਜ਼ਮੀ ਨਹੀਂ ਆ ਕਿ ਆਪਣੇ ਮੇਨ 'ਤੇ ਡਿਪੈਂਡੈਂਟ ਹੀ ਰਹੂ ਅਗਰ ਉਹ ਸੈਪਰੇਟ ਹੁੰਦਾ ਜਾਂ ਮੇਨ ਐਪਲੀਕੈਂਟ ਉਸਦੀ ਸ਼ਿਕਾਇਤ ਕਰ ਦਿੰਦਾ ਜੀ ਅਤੇ ਡਿਪੈਂਡੈਂਟ ਕੋਲ ਸਾਰੀ ਚਾਰਾ ਜੋਈਆਂ ਲੀਗਲ ਰੈਮਡੀਜ਼ ਜਾਂ ਆਪਸ਼ਨਾਂ ਹੁੰਦੀਆਂ ਲੇਕਿਨ ਅੰਗਰੇਜ਼ੀ ਕਰਨਾ ਜ਼ਰੂਰੀ ਆ ਕਿਉਂਕਿ ਪੰਜਾਬੀਆਂ ਦਾ ਬਹੁਤ ਪ੍ਰੋਬਲਮ ਆ ਮੁੰਡੇ ਅੰਗਰੇਜ਼ੀ ਕਮਜ਼ੋਰ ਹੁੰਦੇ ਇਸ ਵਾਸਤੇ ਕੁੜੀਆਂ ਦਾ ਸਹਾਰਾ ਲੈ ਕੇ ਡਿਪੈਂਡੈਂਟ 'ਤੇ ਆਉਂਦੇ ਅਤੇ ਅਗਰ ਮੁੰਡੇ ਨੇ ਅੰਗਰੇਜ਼ੀ ਕੀਤੀ ਹੋਵੇ ਜਾਂ ਇੰਡੀਆ ਤੋਂ ਨੈਰਿਕ ਯੂਜ਼ ਕਰਨ ਜਿਹੜੇ ਉੱਥੇ ਦੀ ਡਿਗਰੀ ਬਣਦੀ ਆ ਜਾਂ ਪੜ੍ਹ ਕੇ ਆਉਂਦੇ ਅਤੇ ਉਹਦੇ ਦਮ 'ਤੇ ਵੀ ਤੁਸੀਂ ਵਰਕ ਪਰਮਿਟ ਜਾ ਸਕਦੇ ਹੋ ਓਕੇ ਜੀ ਹਾਂਜੀ ਇਹ ਵੀ ਬਹੁਤ ਮਤਲਬ ਵਧੀਆ ਚਲੋ ਤੁਸੀਂ ਆਂਸਰ ਦੇ ਦਿੱਤਾ ਲੋਕਾਂ ਨੂੰ ਜਿਹੜਾ ਉਹ ਨਵੇਂ ਰੂਲਸ ਦੇ ਬਾਰੇ ਚਲੋ ਪਤਾ ਲੱਗ ਗਿਆ ਅਤੇ ਇੱਕ ਦੇ ਨਾਲ ਮੈਂ ਹੋਰ ਰਲਦਾ ਮਿਲਦਾ ਤੁਹਾਡੇ ਕੋਲ ਕੁਸ਼ਚਨ ਪੁੱਛ ਲਵਾਂ ਹੈ ਨਾ ਅਤੇ ਤੁਸੀਂ ਵੀ ਅਗਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਵੀ ਹੁਣੇ ਕਾਲ ਕਰੋ 01212690064 ਦੇ ਉੱਤੇ ਜੇ ਤੁਹਾਡਾ ਵੀ ਕੋਈ ਆਂਸਰ ਹੈ ਹੁਣ ਮੇਰਾ ਇਹ ਸਵਾਲ ਤੁਹਾਨੂੰ ਅਗਰ ਮੰਨ ਲਓ ਆਪਾਂ ਕਹਿ ਦਿੰਦੇ ਹਾਂ ਨਾ ਚਲੋ ਵੀ ਇਹ ਵੀ ਕਿਸੇ ਨੇ ਮੇਰੇ ਤੋਂ ਪੁੱਛਿਆ ਸੀ ਸਵਾਲ ਕਾਲ ਕਰਕੇ ਵੀ ਅਗਰ ਮਾਂ ਪਿਓ ਦੋਨੇ ਇੰਡੀਆ ਤੋਂ ਨੇ ਹੈ ਨਾ ਅਤੇ ਉਹ ਇੱਥੇ ਆ ਕੇ ਚਲੋ ਤੁਹਾਨੂੰ ਪਤਾ ਜਾਂ ਇਲੀਗਲ ਹੋ ਗਿਆ ਉਹ ਜਾਂ ਕਿਸੇ ਕਾਰਨ ਕਰਕੇ ਮਤਲਬ ਵੀਜ਼ਾ ਉਹਨਾਂ ਨੂੰ ਨਹੀਂ ਮਿਲਿਆ ਗਾ ਹਾਂ ਪਰ ਉਹਨਾਂ ਦੇ ਬੇਬੀ ਹੈ ਕੀ ਉਹਨਾਂ ਦੇ ਬੇਬੀ ਨੂੰ ਜਿਹੜੀਆਂ ਬਾਕੀ ਮਤਲਬ ਲੀਗਲ ਬੰਦਿਆਂ ਦੇ ਬੇਬੀ ਨੂੰ ਸਹੂਲਤਾਂ ਮਿਲਦੀਆਂ ਉਹ ਉਸ ਬੰਦੇ ਨੂੰ ਮਿਲਣਗੀਆਂ ਬੇਬੀ ਨੂੰ ਵੈਰੀ ਗੁੱਡ ਕੁਐਸਚਨ ਹਾਂਜੀ ਅਸੂਲ ਦੇ ਤੌਰ ਤੇ ਜਾਈਏ ਕਾਇਦੇ ਦੇ ਨਾਲ ਜਾਈਏ ਤੇ ਨਹੀਂ ਮਿਲਣਗੀਆਂ ਜਦੋਂ ਤੱਕ ਮਾਂ ਪਿਓ ਵਿੱਚੋਂ ਇੱਕ ਅੱਧਾ ਬੰਦਾ ਪੱਕਾ ਨਾ ਹੋਵੇ ਜੀ ਜਾਂ ਪ੍ਰੋਪਰ ਵੀਜ਼ੇ 'ਤੇ ਨਾ ਹੋਵੇ ਤੇ ਬੱਚੇ ਨੂੰ ਬ੍ਰਿਟਿਸ਼ ਬੇਬੀ ਦੇ ਇਕੁਇਵਲੈਂਟ ਸਹੂਲਤਾਂ ਨਹੀਂ ਮਿਲਦੀਆਂ ਜੀ ਠੀਕ ਹੈ ਜੀ ਬਹੁਤ ਸਾਰੇ ਬੰਦੇ ਲੈਂਦੇ ਵੀ ਹਨ ਸਹੂਲਤਾਂ ਇਹ ਵੀ ਮੈਂ ਦੱਸਦਾ ਜਾਵਾਂ ਹਾਂਜੀ ਠੀਕ ਆ ਲੇਕਿਨ ਜਦੋਂ DWP ਨੂੰ ਜਾਂ ਹਕੂਮਤ ਨੂੰ ਪਤਾ ਲੱਗਦਾ ਅਤੇ ਬਾਅਦ 'ਚੋਂ ਵਾਪਸ ਵੀ ਦੇਣੀਆਂ ਪੈਂਦੀਆਂ ਜਦੋਂ ਤੁਸੀਂ ਪੱਕੇ ਹੋਣੇ ਵਾਸਤੇ ਜਾਂ ਬ੍ਰਿਟਿਸ਼ ਪਾਸਪੋਰਟ ਲੈਣੇ ਵਾਸਤੇ ਅਪਲਾਈ ਕਰਦੇ ਹੋ ਅਤੇ ਕਾਇਦੇ ਦੇ ਮੁਤਾਬਿਕ ਨਹੀਂ ਮਿਲਦੀਆਂ ਠੀਕ ਹੈ ਬੱਚੇ ਦਾ ਸਟੇਟਸ ਆਪਣੇ ਮਾਂ ਪਿਓ ਦੇ ਸਟੇਟਸ ਦੇ ਨਾਲ ਜੁੜਾ ਪਿਆ ਹਾਂਜੀ ਮਾਂ ਦੇ ਨਾਲ ਜਾਂ ਦੇ ਪਿਓ ਦੇ ਨਾਲ ਅਗਰ ਮਾਂ ਪਿਓ ਜੇਕਰ ਦਾ ਬੰਦਾ ਪੱਕਾ ਹੈਗਾ ਤਾਂ ਬੱਚਾ ਸਟੇਟ ਵੇ ਪੱਕਾ ਹੋਊਗਾ ਜੀ ਠੀਕ ਆ ਮਾਂ ਪਿਓ ਦੋਨੋਂ ਇਲੀਗਲ ਹੈਗੇ ਤਾਂ ਬੱਚੇ ਦਾ ਵੀ ਕੋਈ ਸਟੇਟਸ ਨਹੀਂ ਆਊਗਾ ਜਦੋਂ ਤੱਕ ਬੱਚਾ ਇਸ ਕੰਟਰੀ ਵਿੱਚ 7 ਸਾਲ ਪੂਰੇ ਨਾ ਕਰ ਲਵੇ ਜੀ ਅਤੇ ਬੱਚੇ ਵਾਸਤੇ 7 ਸਾਲ ਦਾ ਕਾਨੂੰਨ ਬਣਾ ਪਿਆ ਜੀ ਇੱਕ ਉਹਨਾਂ ਦਾ ਇਹ ਵੀ ਸਵਾਲ ਸੀ ਜਿਵੇਂ ਹੁਣ ਤੁਸੀਂ ਦੱਸਿਆ 7 ਸਾਲ ਦਾ ਕਾਨੂੰਨ ਉਹਨਾਂ ਨਾਲ ਦੀ ਨਾਲ ਇਹ ਵੀ ਪੁੱਛਿਆ ਸੀ ਕੀ ਫਿਊਚਰ 'ਚ ਕਾਨੂੰਨ ਵੱਧ ਸਕਦੀ ਆ ਉਮਰ ਮਤਲਬ ਭਾਜੀ ਫਿਊਚਰ ਦੇ ਅਸੀਂ ਤਾਂ ਕੱਲ੍ਹ ਦੀ ਗੱਲ ਨਹੀਂ ਕਰ ਸਕਦੇ ਫਿਊਚਰ ਕਿਤਨੇ ਫਿਊਚਰ ਦੀ ਗੱਲ ਕਰ ਰਹੇ ਹੋ ਕਿਤਨੇ ਵੱਡੇ ਫਿਊਚਰ ਦੀ ਗੱਲ ਕਰ ਰਹੇ ਹੋ ਹਕੂਮਤ ਦਾ ਇੱਥੇ ਇਹ ਹਾਲ ਆ ਅੱਜ ਕਾਨੂੰਨ ਬਣਦਾ ਅਤੇ ਕੱਲ੍ਹ ਹਕੂਮਤ ਨੂੰ ਚੈਲੇਂਜ ਹੋ ਜਾਂਦੇ ਰਵਾਂਡਾ ਦੀ ਮਿਸਾਲ ਮੈਂ ਹੁਣ ਦਿੱਤੀ ਆ ਹਾਂਜੀ ਠੀਕ ਆ ਕਿ ਹਾਲੀ ਮਹੀਨਾ ਵੀ ਨਹੀਂ ਗੁਜ਼ਰਾ ਜਿਸ ਤਰ੍ਹਾਂ ਮੈਂ ਆਖਿਆ ਕਿ ਰਵਾਂਡਾ ਜਿਹੜੇ ਬਿੱਲ ਦੀ ਜਿਸ ਸਿਆਹੀ ਨਾਲ ਲਿਖਿਆ ਗਿਆ ਉਹ ਸਿਆਹੀ ਸੁੱਕੀ ਨਹੀਂ ਨਾਰਦਰਨ ਆਇਲੈਂਡ ਤੋਂ ਚੈਲੇਂਜ ਆ ਗਿਆ ਕਿ ਤੁਸੀਂ ਜਿਹੜੇ ਬੰਦੇ ਨਾਰਦਰਨ ਆਇਲੈਂਡ 'ਚ ਰਹਿ ਰਹੇ ਉਹਨਾਂ ਨੂੰ ਰਵਾਂਡਾ ਅਸੀਂ ਨਹੀਂ ਭੇਜ ਸਕਦੇ ਹਾਈ ਕੋਰਟ ਦੀ ਰੂਲਿੰਗ ਆ ਗਈ ਆ ਅਤੇ ਫਿਊਚਰ 'ਤੇ ਅਸੀਂ ਜ਼ਿਆਦਾ ਕੁਝ ਲੰਬੀ ਨਹੀਂ ਜਾ ਸਕਦੇ ਕਿਉਂਕਿ ਹੋਮ ਆਫਿਸ ਦੀ ਫਿਤਰਤ ਕਹਿ ਲਓ ਜਾਂ ਜਿਹੜਾ ਹਿਸਟਰੀ ਆ ਉਹ ਇਹ ਦੱਸਦੀ ਆ ਕਿ ਇੱਥੇ ਕਾਨੂੰਨ ਇਤਨੀ ਤੇਜ਼ੀ ਨਾਲ ਚੇਂਜ ਹੁੰਦੇ ਕਿ ਆਪਾਂ ਕੁਝ ਨਹੀਂ ਕਹਿ ਸਕਦੇ ਬਿਕੋਜ਼ ਇਮੀਗ੍ਰੇਸ਼ਨ ਦੇ ਸਿਰ 'ਤੇ ਬਹੁਤ ਸਾਰੀ ਪੋਲੀਟੀਕਲ ਪਾਰਟੀਆਂ ਸਿਆਸਤ ਕਰਦੀਆਂ ਆਪਣਾ ਵੋਟ ਬੈਂਕ ਸਿੱਧਾ ਕਰਦੀਆਂ ਠੀਕ ਆ ਅਤੇ ਵੀ ਕੈਨ ਨੋਟ ਪ੍ਰੀਡਿਕਟ ਫੋਰ ਫਿਊਚਰ ਹਾਊਐਵਰ ਵੀ ਕੈਨ ਸੇ ਹਾਲੇ ਤੱਕ ਕੋਈ ਇਹਦੀ ਨਹੀਂ ਹੈਗੀ ਆ 7 ਸਾਲ ਦਾ ਜਿਹੜਾ ਕਾਨੂੰਨ ਆਇਆ ਸਰ
ਇਹ 2021-22 ਵਿੱਚ ਆਇਆ, ਹਾਂਜੀ, ਅਤੇ ਇਤਨੀ ਜਲਦੀ ਚੇਂਜ ਨਹੀਂ ਹੋਊਗਾ। ਠੀਕ ਆ, ਕਿ ਪਹਿਲੇ ਸਵਾਲ ਨਾਲ ਅੱਗੇ ਸਵਾਲ ਜੋੜ ਕੇ ਇਹ ਵੀ ਦੱਸਦਾ ਜਾਵਾਂ ਕਿ ਪੰਜਾਬੀਆਂ 'ਚ ਇਹ ਮਸ਼ਹੂਰ ਆ ਸੀ ਕਿ 5 ਸਾਲ ਦੀ ਬੇਸ 'ਤੇ ਬੱਚਾ ਬ੍ਰਿਟਿਸ਼ ਹੁੰਦਾ। ਜੀ, ਉਹ ਕਾਨੂੰਨ ਅਕਸਰ ਲੋਕਾਂ ਦੇ ਦਿਮਾਗ 'ਚ ਆ, UK ਜਾ ਕੇ ਬੱਚਾ ਪੈਦਾ ਕਰਾਂਗੇ, 5 ਸਾਲ ਔਖੇ ਸੌਖੇ ਰਵਾਂਗੇ, ਹੋਰ 5 ਸਾਲ ਬਾਅਦ ਬੱਚਾ ਪੱਕਾ ਹੋਊਗਾ। ਉਹ ਹੁਣ ਕਾਨੂੰਨ 7 ਸਾਲ 'ਤੇ ਚਲਾ ਗਿਆ, ਉਹ ਸਟੇਟਲੈਸ ਦਾ ਕਾਨੂੰਨ ਬੰਦ ਨਹੀਂ ਹੋਇਆ, ਉਸਦਾ ਕ੍ਰਾਈਟੀਰੀਆ ਚੇਂਜ ਹੋਇਆ, 56 ਟਾਈਟ ਹੋ ਗਿਆ। ਜੀ, ਠੀਕ ਹੈ ਜੀ, ਇਹ ਵੀ ਅਕਸਰ ਖਾਸ ਕਰ ਪੰਜਾਬੀ ਫੈਮਲੀਆਂ ਅਕਸਰ ਸਵਾਲ ਕਰਦੀਆਂ। ਹਾਂਜੀ, ਠੀਕ ਹੈ ਜੀ, ਹਾਂਜੀ, ਇਹਦੇ ਨਾਲ ਦੀ ਨਾਲ ਮੈਂ ਹੁਣ ਤੁਹਾਨੂੰ ਪੁੱਛਦਾ, ਜਿਹੜੇ ਸਟੂਡੈਂਟ ਆ ਨਾ ਉਹਨਾਂ ਦੇ ਬਹੁਤ ਸਾਰੇ ਸਵਾਲ ਆ ਵੈਸੇ ਤਾਂ, ਅਤੇ ਪਹਿਲਾਂ ਤਾਂ ਮੇਨ ਸਵਾਲ ਉਹਨਾਂ ਦਾ ਇਹੀ ਆ ਵੀ ਜਿਵੇਂ ਹੁਣ ਤੁਹਾਨੂੰ ਪਤਾ ਨਾ ਵੀ ਵੀਜ਼ਾ ਸਵਿਚਿੰਗ ਆ ਜਿਹੜੀ ਉਹ ਬੰਦ ਹੋ ਗਈ 17 ਜੁਲਾਈ 2023 ਨੂੰ ਲਗਭਗ, ਹੈ ਨਾ, ਸਾਲ ਹੋਣੇ ਵਾਲਾ ਹੀ ਆ 2 ਮਹੀਨਿਆਂ ਤੱਕ, ਹੈ ਨਾ। ਹਾਂਜੀ, ਅਤੇ ਉਹ ਇਹ ਪੁੱਛਦੇ ਸੀ ਵੀ ਮਤਲਬ ਹੋਰ ਉਹਨਾਂ ਲਈ ਰੂਟ ਕਿਹੜਾ ਆ ਇਸ ਤੋਂ ਇਲਾਵਾ? ਹੁਣ ਭਾਜੀ ਬੜੀ ਸਿੱਧੀ ਜੀ ਗੱਲ ਆ, ਹਾਂਜੀ, ਜਿਹੜਾ ਸਟੂਡੈਂਟ UK 'ਚ ਆਊਗਾ ਜਾਂ ਉਹ ਸਟੱਡੀ ਕੰਪਲੀਟ ਕਰੇਗਾ ਜੀ ਆਪਣੇ ਕੈਸ ਦੇ ਮੁਤਾਬਿਕ, ਠੀਕ ਆ, ਜਾਂ ਉਹ ਵਾਪਸ ਜਾਊਗਾ ਜੀ, ਜਾਂ ਉਹ ਕਿਸੇ ਪੱਕੇ ਬੰਦੇ ਨਾਲ ਵਿਆਹ ਕਰਾਊਗਾ, ਹਾਂਜੀ, ਜਾਂ ਕਿਸੇ ਹੋਰ ਕੰਟਰੀ ਜਾਊਗਾ, ਹਾਂਜੀ, ਹੋਰ ਕੋਈ ਇਸ ਮਿਡਲ ਰਸਤਾ ਬਿਲਕੁਲ ਨਹੀਂ ਹੈਗਾ। ਹਾਂਜੀ, ਬੜਾ ਪੱਕਾ ਕਾਨੂੰਨ ਆ, ਹਕੂਮਤ ਨੇ ਬਿਲਕੁਲ ਬੰਦ ਕੇ ਰੱਖਿਆ ਸਟੂਡੈਂਟ ਨੂੰ, ਕਿਉਂਕਿ 17 ਜੁਲਾਈ 2023 ਤੋਂ ਪਹਿਲੇ ਸਟੂਡੈਂਟ ਜਾਂ ਬੱਚੇ ਆਉਂਦੇ ਸਨ ਜੀ, ਯੂਨੀਵਰਸਿਟੀਆਂ ਦਾ ਬੂਹਾ ਤੱਕਦੇ ਵੀ ਨਹੀਂ ਸਨ ਜੀ, ਆਉਣੇ ਨਾਲ ਹੀ ਅੱਗੇ ਪਿੱਛੋਂ ਵਰਕ ਪਰਮਿਟ ਲੈ ਲੈਂਦੇ ਸਨ ਜੀ। ਹਕੂਮਤ ਨੇ ਦੇਖਿਆ ਯੂਨੀਵਰਸਿਟੀਆਂ ਨੂੰ ਬਹੁਤ ਨੁਕਸਾਨ ਹੋ ਰਿਹਾ, ਹਾਂਜੀ, ਔਰ ਨੁਕਸਾਨ ਦੇ ਕਾਰਨ ਹਕੂਮਤ ਨੇ ਦੇਖਿਆ ਕਿ ਇਹ ਸਟੂਡੈਂਟ ਯੂਨੀਵਰਸਿਟੀਆਂ ਨੂੰ ਸਿਰਫ UK 'ਚ ਵੜਨੇ ਵਾਸਤੇ ਯੂਜ਼ ਕਰਨ, ਹਾਂਜੀ, ਠੀਕ ਆ, ਔਰ ਇਸਦੇ ਨਾਲ ਹੋਰ ਵੱਡੀ ਪ੍ਰੋਬਲਮ UK ਦੇ ਅੰਦਰ ਜਨਮ ਲੈ ਰਹੀਆਂ ਸਨ, ਜਿਸ ਵਿੱਚ ਬਹੁਤ ਸਾਰੀ ਕੁੜੀਆਂ ਮੁੰਡੇ ਝੂਠ ਮੂਠ ਦੀ ਸ਼ਾਦੀਆਂ ਕਰਕੇ UK ਵਿੱਚ ਵੜਨੇ ਦਾ ਇੱਕ ਜ਼ਰੀਆ ਉਹਨਾਂ ਬਣਾਇਆ ਸੀ, ਅਤੇ ਹਕੂਮਤ ਨੇ ਸਾਰੇ ਐਬਿਊਜ਼ਿਸ ਤੱਕੇ, ਠੀਕ ਆ, ਤਾਂ ਹੀ ਉਹਨਾਂ ਨੂੰ 17 ਜੁਲਾਈ ਨੂੰ ਬਿਲਕੁਲ ਆਪਾਂ ਜਦੋਂ ਕਹਿੰਦੇ ਨੇ ਕਿ ਕਿੱਲਾ ਠੋਕ ਕੇ ਰੱਖਣਾ ਜੀ, ਸਟੂਡੈਂਟ ਦਾ ਬਿਲਕੁਲ ਬੰਦ ਕੇ ਰੱਖਿਆ। ਹਾਂਜੀ ਬਿਲਕੁਲ, ਆਪਣੇ ਨਾਲ ਕਾਲਰ ਨੇ ਜੀ ਭਾਜੀ, ਚਲੋ ਕਾਲ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ ਭਾਜੀ, ਸਤਿ ਸ਼੍ਰੀ ਅਕਾਲ ਭਾਜੀ, ਮੇਰੇ ਕੋਲ ਪ੍ਰੀ ਸੈਟਲਮੈਂਟ ਹੈ ਅਤੇ ਮੈਂ ਸੈਟਲਮੈਂਟ 'ਤੇ ਜਾਣਾ, ਅਤੇ ਮੈਂ ਪੁੱਛਣਾ ਚਾਹ ਰਹੀ ਹਾਂ ਕਿ ਮੈਂ ਕਿੰਨੇ ਦਿਨ ਪਹਿਲਾਂ ਅਪਲਾਈ ਕਰਨਾ ਹੈ ਅਤੇ ਇਹਦੇ 'ਚ ਇੰਗਲਿਸ਼ ਲੈਂਗੁਏਜ ਟੈਸਟ ਹੈਗਾ? ਥੈਂਕ ਯੂ ਜੀ। ਪ੍ਰੀ ਸੈਟਲ ਤੋਂ ਸੈਟਲਮੈਂਟ ਜਾਣ ਵਾਸਤੇ 5 ਸਾਲ ਦਾ ਵੇਟ ਕਰਨਾ ਹੁੰਦਾ ਹੈ, ਠੀਕ ਆ, 28 ਦਿਨ ਪਹਿਲੇ ਤੁਸੀਂ ਅਪਲਾਈ ਕਰ ਸਕਦੇ ਹੋ, ਅਤੇ ਅੰਗਰੇਜ਼ੀ ਦਾ ਲਾਈਫ ਇਨ ਦਾ UK ਤੁਹਾਨੂੰ ਕਰਨਾ ਪਊਗਾ ਟੈਸਟ, ਠੀਕ ਹੈ ਜੀ, ਜਾਂ B1 ਨਾਲ ਹੀ ਆ, ਠੀਕ ਹੈ ਜੀ, ਉਹ ਕਰਨਾ ਪਊਗਾ। ਉਹ ਵੈਸੇ ਵੀ ਤੁਹਾਨੂੰ ਬ੍ਰਿਟਿਸ਼ ਪਾਸਪੋਰਟ ਜਦੋਂ ਫਿਊਚਰ ਲਓਗੇ ਅਤੇ ਲਾਈਫ ਇਨ ਦਾ UK ਜਾਂ B1 ਉਹ ਦੋਨੋਂ ਚਾਹੀਦੇ ਹੁੰਦੇ, ਅਨਲੈਸ ਤੁਸੀਂ 65 ਤੋਂ ਉੱਤੇ ਹੋ ਜਾਂ ਤੁਹਾਨੂੰ ਕੋਈ ਮੈਡੀਕਲ ਦੀ ਬੇਸ 'ਤੇ ਐਗਜ਼ੈਂਪਸ਼ਨ ਮਿਲੇ, ਠੀਕ ਹੈ ਜੀ, ਥੈਂਕ ਯੂ। ਹਾਂਜੀ ਚਲੋ ਵੀ, ਹੋਪ ਆ ਉਹਨਾਂ ਨੂੰ ਵੀ ਉਹਨਾਂ ਦੇ ਸਵਾਲ ਦਾ ਜਵਾਬ ਮਿਲ ਗਿਆ ਹੋਊਗਾ, ਅਤੇ ਆਪਾਂ ਨਾਲ ਦੀ ਨਾਲ ਬਾਕੀ ਦਰਸ਼ਕਾਂ ਨੂੰ ਵੀ ਕਹਿੰਦੇ ਵੀ ਤੁਹਾਡੇ ਵੀ ਜੇ ਕੋਈ ਸਵਾਲ ਹਨ, ਸਾਨੂੰ ਪਤਾ ਅੱਜ ਅਸੀਂ 1 ਘੰਟਾ ਪਹਿਲਾਂ ਆ ਗਏ ਹਾਂ, ਪਰ ਫਿਰ ਵੀ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਾਲ ਕਰੋ 01212169 0064 ਦੇ ਉੱਤੇ। ਅਤੇ ਨਾਲ ਦੀ ਨਾਲ ਸੁਬੇਹ ਸਾਹਿਬ, ਮੈਂ ਤੁਹਾਤੋਂ ਇੱਕ ਹੋਰ ਸਵਾਲ ਪੁੱਛਣਾ, ਜਿਹੜੀ ਆਪਾਂ ਸੈਲਫ ਸਪੋਂਸਰਸ਼ਿਪ ਕਹਿ ਦਿੰਦੇ ਹਾਂ, ਹੈ ਨਾ, ਅਤੇ ਕਿਉਂਕਿ ਜਦ ਤੱਕ ਤੁਸੀਂ ਚੈਨਲ 'ਤੇ ਇਹ ਚੀਜ਼ ਕਹੀ ਆ, ਬਹੁਤ ਬਹੁਤ ਮਤਲਬ ਮਸ਼ਹੂਰ ਹੋਈ ਵੀ ਹਾਂ ਵੀ ਸੈਲਫ ਸਪੋਂਸਰਸ਼ਿਪ ਵੀ ਕੁਛ ਹੈਗੀ, ਵੀ ਸ਼ਾਇਦ ਕਦੇ ਉਹਨਾਂ ਨੂੰ ਕਈ ਕਿਉਂਕਿ ਕਈਆਂ ਦੇ ਮਨ 'ਚ ਇਹ ਚੀਜ਼ ਆ ਵੀ ਸ਼ਾਇਦ ਜਿਹੜੀ ਸੈਲਫ ਸਪੋਂਸਰਸ਼ਿਪ ਆ ਵੀ ਸ਼ਾਇਦ ਮੈਂ ਜੇ ਮੈਂ ਆਪ ਹੀ ਲੈ ਲਵਾਂ, ਹੈ ਨਾ, ਤਾਂ ਸ਼ਾਇਦ ਮੈਂ ਇੱਥੇ ਮੇਰਾ ਸਟੂਡੈਂਟ ਵਾਲਾ ਸ਼ਾਇਦ ਮੈਂ ਪੱਕਾ ਹੋ ਸਕਦਾ ਹਾਂ, ਇੱਕ ਇਹ ਵੀ ਡਾਊਟ ਹੈ, ਇੱਕ ਇਹ ਵੀ ਤੁਸੀਂ ਕਲੀਅਰ ਕਰ ਦਿਓ। ਨਾਲ ਦੀ ਨਾਲ ਮੈਂ ਇਹਦੇ ਨਾਲ ਇੱਕ ਕੁਸ਼ਚਨ ਹੋਰ ਰਿਗਾਰਡ ਮੈਂ, ਜਿਹੜਾ ਸੈਲਫ ਸਪੋਂਸਰਸ਼ਿਪ ਆ, ਜਦੋਂ ਇਹ ਮਤਲਬ ਬੰਦਾ ਲੈਂਦਾ, ਕੀ ਜਿਹੜਾ ਸਟੂਡੈਂਟ ਆ ਉਹ ਇੰਡੀਆ ਜਾ ਕੇ ਵਾਪਸ ਆਊਗਾ, ਉਹਨੂੰ ਕਿੰਨੇ ਮਤਲਬ ਫੰਡ ਚਾਹੀਦੇ ਹੋਊਗੇ ਮਤਲਬ ਆਪਣੀ ਕੰਪਨੀ ਖੋਲ੍ਹਣ ਨੂੰ, ਅਤੇ ਮਤਲਬ ਪੂਰਾ ਪਤਾ ਪ੍ਰੋਸੈਸ ਕੀ ਹੈ? ਭਾਜੀ ਬੜੇ ਚੰਗੇ ਔਰ ਬੜੇ ਨੱਪੇ ਤੁਲੇ ਔਰ ਬੜੇ ਸਿਰੇ 'ਤੇ ਸਵਾਲ ਕਰ ਰਹੇ ਹੋ, ਐਂਡ ਆਮ ਵੈਰੀ ਗਲੈਡ, ਹਾਂਜੀ, ਕਿ ਤੁਸੀਂ ਆਡੀਅੰਸ ਨੂੰ ਜਾਂ ਕਮਿਊਨਿਟੀ ਨੂੰ ਆਪਣੇ ਨਾਲ ਭਰਪੂਰ ਤਰੀਕੇ ਨਾਲ ਇੰਗੇਜ ਕਰ ਰਹੇ ਹੋ ਜੀ, ਕਿਉਂਕਿ ਜਿਹੜੇ ਤੁਸੀਂ ਸਵਾਲ ਪੁੱਛ ਰਹੇ ਹੋ ਇਹ ਉਹੀ ਬੰਦਾ ਸਵਾਲ ਪੁੱਛ ਸਕਦਾ ਹੈ ਕਿ ਜਦੋਂ ਉਹਨੂੰ ਇਮੀਗ੍ਰੇਸ਼ਨ ਲਾਅ ਦੀ ਜਾਂ ਆਪਣੀ ਕਮਿਊਨਿਟੀ ਦੇ
ਮਸਲੇ ਮਸਾਲਿਆਂ ਦੀ ਸਮਝ ਆਓ। ਹਾਂਜੀ, ਕਿਉਂਕਿ ਆਮ ਆਦਮੀ ਦੇ ਸਿਰ ਤੋਂ ਸਵਾਲ ਲੰਘ ਜਾਣੇ। ਠੀਕ ਹੈ ਜੀ, ਹੁਣ ਮੈਂ ਤਾਂ ਬੜਾ ਕੰਪਰੀਹੈਂਸਿਵ ਬੜੀ ਤਫਸੀਲ ਨਾਲ ਜਵਾਬ ਦੇਣਾ। ਹਾਂਜੀ ਬਿਲਕੁਲ। ਸੈਲਫ ਸਪੋਂਸਰਸ਼ਿਪ ਜਿਹੜਾ ਹੈਗਾ ਜੀ, ਇਹ ਇਮੀਗ੍ਰੇਸ਼ਨ ਕਾਨੂੰਨ ਦੇ ਅੰਦਰ ਕੋਈ ਖੁਦ ਵੀਜ਼ਾ ਨਹੀਂ ਹੈਗਾ ਜੀ। ਇਹ ਇੱਕ ਸਟ੍ਰੈਟਜੀ ਹੈਗੀ, ਇੱਕ ਰੂਟ ਹੈਗਾ ਜੀ, ਜਿਸ ਨੂੰ ਆਪਾਂ ਯੂਜ਼ ਕਰਕੇ ਜੀ ਆਪਾਂ ਸਕਿੱਲ ਵਰਕਰ ਵੀਜ਼ਾ ਲਈਦਾ। ਠੀਕ ਹੈ, ਬਿਲਕੁਲ। ਹੁਣ ਸੈਲਫ ਸਪੋਂਸਰਸ਼ਿਪ ਜਿਹੜਾ ਰੂਟ ਸਟ੍ਰੈਟਜੀ ਕਿਹਨਾਂ ਲੋਕਾਂ ਵਾਸਤੇ ਹੈਗੀ ਆ ਜੀ, ਉਹ ਮੈਂ ਦੱਸ ਦੇਣਾ। ਕੋਈ ਵੀ ਬੰਦਾ ਜਿਸ ਨੂੰ UK ਵਿੱਚ ਫੁੱਲ ਟਾਈਮ ਰਾਈਟ ਟੂ ਵਰਕ ਹੋਵੇ ਉਹ ਲੈ ਸਕਦਾ ਜੀ, ਖਾਸ ਕਰ ਜਿਹੜੇ ਡਿਪੈਂਡੈਂਟ ਹੁੰਦੇ ਸਟੂਡੈਂਟ ਦੇ ਹੋਵਣ ਜਾਂ ਵਰਕ ਪਰਮਿਟ ਵਾਲੇ ਹੋਵਣ ਜੀ। ਈਵਨ ਵਰਕ ਪਰਮਿਟ ਵਾਲੇ ਵੀ ਲੈ ਸਕਦੇ ਕਿਉਂਕਿ ਰਾਈਟ ਟੂ ਵਰਕ ਉਹਨਾਂ ਨੂੰ ਆਉਂਦਾ। ਠੀਕ ਆ, ਇਲੀਗਲ ਬੰਦਾ ਨਹੀਂ ਲੈ ਸਕਦਾ, ਸਟੂਡੈਂਟ ਨਹੀਂ ਲੈ ਸਕਦਾ, ਵਜ੍ਹਾ ਅਨਲੈਸ ਕਿ ਉਹ ਪੜ੍ਹਾਈ ਖਤਮ ਨਾ ਕਰ ਲਵੇ ਜਾਂ PSW ਦੇਣਾ ਜਾਵੇ। ਵਜ੍ਹਾ ਜਦੋਂ ਸਟੂਡੈਂਟ ਨੂੰ ਫੁੱਲ ਟਾਈਮ ਰਾਈਟ ਟੂ ਵਰਕ ਨਹੀਂ ਹੁੰਦਾ ਜਾਂ ਆਪਣੇ ਬਿਜ਼ਨਸ ਖੋਲ੍ਹਣ ਦਾ ਅਧਿਕਾਰ ਨਹੀਂ ਹੁੰਦਾ। ਠੀਕ ਆ, ਇਸ ਵਾਸਤੇ ਸਟੂਡੈਂਟ ਨਹੀਂ ਲੈ ਸਕਦਾ। ਅਗਰ ਸਟੂਡੈਂਟ ਨੇ ਸੈਲਫ ਸਪੋਂਸਰਸ਼ਿਪ ਲੈਣਾ ਜੀ, ਸਕਿੱਲ ਵਰਕਰ ਵੀਜ਼ਾ ਵਾਇਆ ਸੈਲਫ ਸਪੋਂਸਰਸ਼ਿਪ ਰੂਟ ਲੈਣਾ ਜੀ, ਤਾਂ ਸਟੂਡੈਂਟ ਨੂੰ ਪਹਿਲੀ ਗੱਲ ਸਟੱਡੀ ਖਤਮ ਕਰਨ, ਬਿਲਕੁਲ, ਉਸ ਤੋਂ ਬਾਅਦ ਗੱਲਬਾਤ ਹੋ ਸਕਦੀ ਆ ਜੀ। ਠੀਕ ਆ, ਅਗਰ ਵਾਪਸ ਆਪਣੇ ਦੇਸ਼ ਜਾ ਕੇ ਕਰਨਾ ਚਾਹੁੰਣ, ਯੈਸ ਕਰ ਸਕਦੇ ਅੱਗੇ, ਰੂਟ ਹੈਗਾ, ਸਟ੍ਰੈਟਜੀ ਹੈਗੀ, ਤੌਰ ਤਰੀਕੇ ਅੱਗੇ, ਅਤੇ ਤੁਹਾਨੂੰ ਦਿੱਗਜ ਵਕੀਲਾਂ ਨਾਲ ਜਾਂ ਸਿਟੀ ਲੋਅ ਪ੍ਰੈਕਟਿਸ ਨਾਲ ਰਾਬਤਾ ਕਰੋ ਜੀ, ਐਂਡ ਆਪਾਂ ਤੁਹਾਨੂੰ ਭਰਪੂਰ ਤਰੀਕੇ ਨਾਲ ਹੈਲਪ ਕਰ ਸਕਦੇ ਹਾਂ। ਔਰ ਆਪਾਂ ਇਸ 'ਚ ਕਾਫੀ ਕੰਮ ਕੀਤਾ ਵੀ ਹੈਗਾ ਜੀ, ਕਿਉਂਕਿ ਆਪਾਂ ਜਦੋਂ TV 'ਤੇ ਆਈਦਾ ਉਹੀ ਗੱਲ ਕਰੀਦਾ ਜਿਹੜਾ ਖੁਦ ਆਪਣੇ ਹੱਥੋਂ ਵਰਤੀਦਾ ਜੀ, ਖਾਲੀ ਕਿਤਾਬਾਂ ਤੋਂ ਪੜ੍ਹ ਕੇ TV 'ਤੇ ਜਾਂ ਸੋਸ਼ਲ ਮੀਡੀਆ 'ਤੇ ਗੱਲਾਂ ਨਹੀਂ ਕਹੀਦਾ ਜੀ, ਆਪਣੇ ਹੱਥੋਂ ਕੇਸ ਵਰਤਾਏ ਹਾਂਜੀ, ਔਰ ਉਸਦੇ ਦਮ 'ਤੇ ਬੜੇ ਪੱਕੇ ਪੈਰ ਆਪਾਂ ਗੱਲ ਕਰਦੇ ਹਾਂ। ਯੈਸ, ਕੋਈ ਵੀ ਸਟੂਡੈਂਟ ਹੈਗਾ ਪੜ੍ਹਾਈ ਮੁਕੰਮਲ ਕਰੋ, ਉਸ ਤੋਂ ਬਾਅਦ ਹੈਲਪ ਕਰ ਸਕਦੇ ਹਾਂ, ਜਾਂ ਕੋਈ ਵੀ ਪੰਜਾਬ ਤੋਂ ਸੁਣਿਆ ਦੇਖ ਰਿਹਾ ਜਾਂ ਜਿੱਥੋਂ ਵੀ ਦੁਨੀਆ ਦੇ ਕੋਨੇ ਤੋਂ ਸੁਣਿਆ ਆਪਾਂ ਉਹਨਾਂ ਦੀ ਭਰਪੂਰ ਹੈਲਪ ਕਰ ਸਕਦੇ ਹਾਂ। ਦੂਜਾ ਤੁਹਾਡਾ ਨਾਲ ਸਵਾਲ ਜੁੜਿਆ ਸੀ, ਇਨਵੈਸਟਮੈਂਟ ਕਿੰਨੀ ਚਾਹੀਦੀ ਆ, ਦੈਟ ਇਜ਼ ਗੁੱਡ ਕੁਐਸਚਨ ਜੀ। ਠੀਕ ਹੈ, ਇਨਵੈਸਟਮੈਂਟ ਡਿਪੈਂਡ ਕਰਦਾ ਕਿ ਤੁਹਾਨੂੰ ਦਾ ਬਿਜ਼ਨਸ ਪਲਾਨ ਕੀ ਹੈਗਾ ਜੀ, ਤੁਸਾਂ ਦਾ ਬਿਜ਼ਨਸ ਕਿਸ ਇੰਡਸਟਰੀ ਦਾ ਹੈਗਾ। ਅਗਰ ਸਰਵਿਸ ਇੰਡਸਟਰੀ ਆ ਜਿਸ 'ਚ ਐਡਵਾਈਸ ਦੇਣੀ ਆ, ਜਿਸ ਤਰ੍ਹਾਂ ਅਕਾਊਂਟੈਂਸੀ ਹੋ ਗਿਆ, ਵਕੀਲ ਦਾ ਹੋ ਗਿਆ, ਫਿਜ਼ੀਓਥੈਰੇਪੀ ਦਾ ਹੋ ਗਿਆ, ਇਸ 'ਚ ਇਨਵੈਸਟਮੈਂਟ ਐਡੀ ਨਹੀਂ ਚਾਹੀਦੀ, ਲੇਕਿਨ ਤੁਸਾਂ ਕੋਲ ਕੁਆਲੀਫਿਕੇਸ਼ਨ ਚਾਹੀਦੀ ਆ ਜੀ। ਅਗਰ ਪ੍ਰੋਡਕਟ ਬਿਜ਼ਨਸ ਹੈਗਾ, ਪ੍ਰੋਡਕਟ ਬੇਸਡ ਬਿਜ਼ਨਸ ਹੈਗਾ, ਲੈਟਸ ਏ ਫਰਨੀਚਰ ਵੇਚਣਾ, ਲੈਟਸ ਏ ਤੁਸਾਂ ਨੇ ਗਰੋਸਰੀ ਸ਼ਾਪ ਖੋਲ੍ਹਣੀ ਆ, ਠੀਕ ਆ, ਉਸ 'ਚ ਇਨਵੈਸਟਮੈਂਟ ਚੰਗੀ ਤਗੜੀ ਚਾਹੀਦੀ ਹੁੰਦੀ ਆ, ਬਿਲਕੁਲ, ਕਿਉਂਕਿ ਘੱਟੋ ਘੱਟੋ ਵੀ 40-50,000 pounds ਤਾਂ ਗਈ ਨਹੀਂ ਕਿਧਰੇ, ਬਲਕਿ ਜ਼ਿਆਦਾ ਹੀ ਹੋਏਗੀ। ਇਹ ਤਾਂ ਮੈਂ ਬੜੀ ਮੋਡਰੇਟ ਜੀ ਅਮਾਊਂਟ ਦੱਸੀ ਆ, ਹਾਂਜੀ, ਠੀਕ ਆ, ਘੱਟੋ ਘੱਟੋ 70-80,000 ਲੈ ਕੇ ਚਲੋ। ਠੀਕ ਹੈ ਜੀ, ਠੀਕ ਹੈ ਜੀ, ਐਜ਼ ਦੀ ਲੈਵਲ ਆਫ ਇਨਵੈਸਟਮੈਂਟ ਆ, ਡਿਪੈਂਡ ਕਰਦਾ ਤੁਸਾਂ ਕੋਲ ਐਕਸਪੀਰੀਅੰਸ ਕੀ ਆ, ਡਿਪੈਂਡ ਕਰਦਾ ਬਿਜ਼ਨਸ ਕਿਸ ਤਰ੍ਹਾਂ ਦਾ ਹੋਏਗਾ ਜੀ। ਅਤੇ ਇਹਦੇ ਨਾਲ ਜੀ ਇੱਕ ਹੋਰ ਸਵਾਲ ਐਡ ਕਰਦਾ, ਮੰਨ ਲਓ ਜਿੱਦਾਂ ਹੁਣ ਆਪਾਂ ਕਹਿੰਦੇ ਵੀ ਜਿਹੜਾ ਜਿੱਦਾਂ ਪਲੰਬਿੰਗ ਲਾ ਲਓ ਜਾਂ ਕੋਈ ਆਪਣਾ ਜਿੱਦਾਂ ਆਪਣਾ ਕੋਈ ਲੱਕੜੀ ਦੇ ਜਾਂ ਲੱਕੜ ਦਾ ਕੰਮ ਜਾਂ ਆਪਾਂ ਬਿਲਡਰ ਕਾਰਪੈਂਟਰ ਜਾਂ ਕੰਸਟਰਕਸ਼ਨ ਜੀ, ਰੂਫਰ, ਇਲੈਕਟ੍ਰੀਸ਼ੀਅਨ, ਇਹਦੇ ਵਿੱਚ ਜਿਵੇਂ ਕਿ ਸਾਨੂੰ ਪਤਾ ਹੈ ਨਾ ਵੀ ਸਕਿੱਲ ਤਾਂ ਇਹ ਵੀ ਸਕਿੱਲ ਵਿੱਚ ਵਰਕਰ 'ਚ ਬਹੁਤ ਵੱਡੀ ਸਕਿੱਲ ਆ, ਬਹੁਤ ਵੱਡੀ ਸਕਿੱਲ ਚ ਆ ਜਾਂਦੇ ਆ, ਪਰ ਜਿਹੜੇ ਪੰਜਾਬ ਦੇ ਲੋਕ ਹੁੰਦੇ ਆ ਉੱਥੇ ਚੀਜ਼ ਦੀ ਨੂੰ ਕਿਸੇ ਕੋਲ ਡਿਗਰੀ ਨਹੀਂ ਹੁੰਦੀ ਹੈ ਨਾ, ਜਾਂ ਫਿਰ ਕਿਸੇ ਕੋਲ ਜਾਂ ਸਰਟੀਫਿਕੇਟ ਨਹੀਂ ਹੁੰਦਾ, ਹਾਲਾਂਕਿ ਡਿਗਰੀਆਂ ਹੈਗੀਆਂ ਨੇ, ਪਰ ਬੰਦੇ ਕਿਉਂਕਿ ਇੱਦਾਂ ਦੇ ਕੰਮ ਜ਼ਿਆਦਾਤਰ ਹੈ ਨਾ ਕਿਸੇ ਦੇ ਥੱਲੇ ਰਹਿ ਕੇ ਸਿੱਖੇ ਜਾਂਦੇ ਨੇ।